ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਨਾਨਕ ਸੋ ਅੰਗਦ ਗੁਰਦੇਵ ਨਾ ਸੋ ਅਮਰਦਾਸ ਹਰ ਸੇਵਨਾ ਸੋ ਰਾਮਦਾਸ ਸੋ ਅਰਜਨਾ ਸੋ ਹਰ ਗੋਬਿੰਦ ਹਰ ਪਰਸਨਾ ਸੋ ਕਰਤਾ ਹਰ ਰਾਏ ਦਾ ਤਾਰਨੰ ਸੋ ਹਰ ਕ੍ਰਿਸ਼ਨ ਅਗਮ ਅਪਾਰਨੰ ਸੋ ਗੁਰੂ ਤੇਗ ਬਹਾਦਰ ਸਤਿ ਸਰੂਪਨਾ ਸੋ ਗੁਰੂ ਗੋਬਿੰਦ ਸਿੰਘ ਹਰ ਕਾ ਰੂਪਨਾ ਸਭ ਏਕੋ ਏਕੋ ਏਕ ਨਾ ਨਹੀਂ ਭੇਦ ਨਾ ਕਛੂ ਕੀ ਭੇਖਨਾ ਸੋ ਕਹੋ ਟਲ ਗੁਰ ਸੇਵੀ ਅਹਿਨਿਸ ਸਹਿਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਿਫਤ ਖਸਮ ਦੀ ਨੂਰ ਅਰਸੋਂ ਪੁਰਸੋਂ ਚੱਠੀ ਹੈ ਸੱਚੇ ਪਾਤਸ਼ਾਹ ਜਨਮ ਜਨਮ ਦੀ ਕਟੀ ਹੈ ਸੱਚਾ ਪਾਤਸ਼ਾਹ ਸਿਰਸਾ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਇੱਕ ਓਅੰਕਾਰ ਗੁਰ ਪ੍ਰਸਾਦ ਆਦਿ ਗੁਰ ਇਲਮ ਹੈ ਜੁਗਾਦਿ ਗੁਰ ਇਲਮ ਹੈ ਸਤ ਗੁਰ ਇਲਮ ਹੈ ਸ੍ਰੀ ਗੁਰਦੇਵ ਇਲਮ ਹੈ ਆਦਿ ਗੁਰ ਇਲਮ ਹੈ ਜੁਗਾਦ ਗੁਰ ਇਲਮ ਹੈ ਸਤ ਗੁਰ ਇਲਮ ਹੈ ਸ੍ਰੀ ਗੁਰਦੇਵ ਇਲਮ ਹੈ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ ਸਿਮਰੋ ਜਾਸ ਵਿਸੁੰਭਰ ਏਕੈ ਨਾਮ ਜਪਤ ਅਗਣਤ ਅਨੇਕੈ ਵੇਦ ਪੁਰਾਨ ਸਿਮ੍ਰਿਤ ਸੋਧਾਖਿਅਰ ਕੀਨੇ ਰਾਮ ਨਾਮ ਇੱਕ ਆਖਿਅਰ ਕਿਨਕਾ ਏਕ ਜਿਸ ਜੀਵ ਬਸਾਵੈ
ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਸਵਾਇਮਾਨ ਗੁਰੂ ਕਲਗੀਧਰ ਪਿਤਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹਾਜ਼ਰ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਕਿਰਪਾ ਸਦਕਾ ਗੁਰੂ ਪਾਤਸ਼ਾਹ ਜੀ ਦੀ ਗੋਦ ਵਿੱਚ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਵੱਡੇ ਕੀਆਂ ਵਡਿਆਈਆਂ ਪਾਵਨ ਬਾਣੀ ਆਸਾ ਕੀ ਵਾਰ ਦੇ ਕੀਰਤਨ ਸਰਵਣ ਕੀਤੇ ਹਨ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਧੰਨ ਗੁਰੂ ਅਰਜਨ ਦੇਵ ਜੀ ਦੀ ਪਾਵਨ ਪਵਿੱਤਰ ਬਾਣੀ ਗੌੜੀ ਬਾਵਨ ਅੱਖਰੀ ਦੀ ਵਿਚਾਰ ਕੱਲ੍ਹ ਸਮਾਪਤ ਹੋਈ ਸੀ। ਅੱਜ ਤੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਵਨ ਬਾਣੀ ਦੇ ਅਰਥ ਵਿਚਾਰ ਦੀ ਲੜੀ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਨਾਲ ਆਰੰਭ ਹੋਣ ਜਾ ਰਹੀ ਹੈ। ਸਤਿਗੁਰੂ ਕਿਰਪਾ ਕਰਨ ਆਪਣੀ ਇਸ ਮਹਾਨ ਬਾਣੀ ਗੌੜੀ ਸੁਖਮਨੀ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਹੀ ਆਪਣਾ ਮਿਹਰ ਭਰਿਆ ਹੱਥ ਰੱਖ ਕੇ ਸਿਰ ਉੱਪਰ ਵਿਚਾਰ ਕਰਵਾ ਲੈਣ। ਬਾਣੀ ਦੀ ਹਰ ਪੰਕਤੀ ਮਨੁੱਖ ਨੂੰ ਅਕਾਲ ਪੁਰਖ ਵਾਹਿਗੁਰੂ ਦੇ ਘਰ ਦਾ ਰਸਤਾ ਸਮਝਾਉਂਦੀ ਹੈ। ਬੰਦਾ ਜਿੱਥੇ ਵੀ ਹੈ, ਜਿਸ ਵੀ ਹਾਲ ਹੈ, ਜਿੱਥੇ ਵੀ ਉਹਦੀ ਅਵਸਥਾ ਹੈ, ਉੱਥੋਂ ਹੀ ਉਹਨੂੰ ਪਰਮਾਤਮਾ ਦੇ ਘਰ ਦਾ ਰਸਤਾ ਮਾਰਗ ਦਰਸ਼ਨ ਗੁਰੂ ਦੀ ਬਾਣੀ ਕਰਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਜਿਹੜੀਆਂ ਲੰਮੇਰੀਆਂ ਬਾਣੀਆਂ ਹਨ, ਇਹਨਾਂ ਨੂੰ ਇਸ ਹਿਸਾਬ ਦੇ ਨਾਲ ਕਹਿ ਲਓ ਕਿ ਉਚਾਰਿਆ ਹੈ ਕਿ ਮਨੁੱਖਾ ਜੀਵਨ ਦੇ ਸਾਰੇ ਹੀ ਪਹਿਲੂ ਇਹਦੇ ਵਿੱਚ ਛੋਏ ਹੁੰਦੇ ਹਨ। ਜ਼ਿੰਦਗੀ ਦਾ ਕੋਈ ਐਸਾ ਪੱਖ ਨਹੀਂ ਹੈ ਜਿਹੜਾ ਸੁਖਮਨੀ ਸਾਹਿਬ ਦੇ ਵਿੱਚ ਸਤਿਗੁਰਾਂ ਨੇ ਨਾ ਛੋਇਆ ਹੋਵੇ। ਸੁੱਖਾਂ ਦੀ ਮਣੀ ਇਹਦਾ ਨਾਮ ਹੈ, ਵਾਕਿਆ ਹੀ ਇਹ ਸੁੱਖਾਂ ਦੀ ਮਣੀ ਹੈ। ਅਸੀਂ ਜੀਵਨ ਦੇ ਵਿੱਚ ਸੁੱਖ ਦੀ ਭਾਲ ਕਰਦੇ ਹਾਂ, ਸੁੱਖ ਦੀ ਭਾਲ ਕਰਦਿਆਂ ਕਰਦਿਆਂ ਬਹੁਤ ਸਾਰਾ ਦੁੱਖ ਵੀ ਇਕੱਠਾ ਕਰ ਲੈਂਦੇ ਹਾਂ। ਸੁੱਖ ਫਿਰ ਵੀ ਲੱਭਦਾ ਨਹੀਂ। ਸੁੱਖ ਕਹਿ ਹੇਤ ਬਹੁਤ ਦੁੱਖ ਪਾਵਤ, ਸੇਵ ਕਰਤ ਜਨ ਜਨ ਕੀ, ਦੁਆਰਹਿ ਦੁਆਰ ਸਵਾਨ ਜਿਉਂ ਡੋਲਤ, ਨਹਿ ਸੁਧ ਆਰਾਮ ਭਜਨ ਕੀ। ਕੁੱਤੇ ਦੀ ਤਰ੍ਹਾਂ ਬੰਦਾ ਦਰ ਦਰ 'ਤੇ ਫਿਰਦਾ ਹੈ, ਸੁੱਖ ਫਿਰ ਵੀ ਨਹੀਂ ਲੱਭਦਾ। ਗੁਰੂ ਸਾਹਿਬ ਜੀ ਬੰਦੇ 'ਤੇ ਤਰਸ ਕਰਦੇ ਨੇ ਵੀ ਆਹ ਤੈਨੂੰ ਦੱਸੀਏ ਸੁੱਖ ਕਿੱਥੇ ਹੁੰਦਾ। ਜੋ ਸੁੱਖ ਪ੍ਰਭ ਗੋਬਿੰਦ ਕੀ ਸੇਵਾ, ਸੋ ਸੁੱਖ ਰਾਜ ਨ ਲਹੀਏ। ਸੁੱਖ ਇੱਥੇ ਹੈ, ਇਨਸਾਨ ਸ਼ੁਕਰ ਕਰੇ, ਠੰਡੇ ਪਾਣੀ ਦਾ ਗਲਾਸ ਪੀ ਕੇ ਸ਼ੁਕਰ ਕਰੇ, ਇਹਦੇ 'ਚ ਕਿੰਨਾ ਸੁੱਖ ਹੈ। ਜੇ ਪ੍ਰਸਾਦ ਪੀਵੇਂ ਸੀਤਲ ਜਲਾ, ਸੁਖਦਾਈ ਪਵਨ ਪਾਵਕ ਅਮੁੱਲਾ। ਸੁੱਖ ਜੇ ਪਦਾਰਥਾਂ 'ਚ ਲੱਭਣ ਜਾਵਾਂਗੇ ਤਾਂ ਦੁਨੀਆਂ ਦਾ ਰਾਜਾ ਪਾਤਸ਼ਾਹ ਬਣ ਕੇ ਵੀ ਆਪਾਂ ਦੁਖੀ ਰਹਿਣਾ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ। ਅਤੇ ਜੇ ਅਸੀਂ ਰੱਬ ਦੇ ਨਾਮ ਨਾਲ ਜੁੜ ਗਏ
ਤਾਂ ਫਿਰ ਕਹਿੰਦੇ ਹਨ ਸਰਬ ਬੈਕੁੰਠ ਮੁਕਤ ਮੋਖ ਪਾਏ ਏਕ ਨਿਮਕ ਹਰ ਕੇ ਗੁਣ ਗਾਏ। ਬੰਦਾ ਸੁੱਖ ਚਾਹੁੰਦਾ ਹੈ ਪਰ ਸੁੱਖ ਮੰਗਦੇ ਨੂੰ ਮਿਲਦਾ ਦੁੱਖ ਹੀ ਹੈ, ਸੁੱਖ ਮੰਗਤ ਦੁੱਖ ਆਗਲ ਆਵੇ। ਬੰਦੇ ਦੀ ਹਾਲਤ ਇਹ ਹੈ, ਇਹ ਆਪਣੀ ਮਰਜ਼ੀ ਕਰਦਾ ਹੈ, ਗੁਰੂ ਦੀ ਗੱਲ ਸੁਣਦਾ ਨਹੀਂ। ਇੱਕ ਵਾਰ ਕਿਸੇ ਸਾਧੂ ਮਹਾਤਮਾ ਨੇ ਕਥਾ ਕਰਦਿਆਂ ਆਖਿਆ ਕਿ ਮਨ ਬੱਚੇ ਵਰਗਾ ਹੈ, ਜਿਵੇਂ ਬੱਚੇ ਦੀ ਜਿੱਦ ਪੂਰੀ ਨਹੀਂ ਕਰ ਸਕਦੇ, ਇਵੇਂ ਮਨ ਦੀ ਜਿੱਦ ਜਿਹੜੀ ਹੈ ਕਦੀ ਪੂਰੀ ਨਹੀਂ ਕੀਤੀ ਜਾ ਸਕਦੀ। ਇੱਕ ਰਾਜਾ ਕਥਾ ਸੁਣਦਾ ਸੀ, ਕਹਿੰਦਾ ਮਹਾਤਮਾ ਜੀ ਮਨ ਦਾ ਤਾਂ ਪਤਾ ਨਹੀਂ ਪਰ ਬੱਚੇ ਦੀ ਜਿੱਦ ਤਾਂ ਪੂਰੀ ਕਰ ਸਕਦੇ ਹਾਂ, ਬੱਚਾ ਵੱਧ ਤੋਂ ਵੱਧ ਕੀ ਮੰਗ ਲਏਗਾ। ਮਹਾਤਮਾ ਨੇ ਕਿਹਾ ਵੀ ਨਹੀਂ ਰਾਜਨ, ਜੋ ਗੱਲ ਸਹੀ ਹੈ ਉਹ ਸਹੀ ਹੈ। ਰਾਜਾ ਕਹਿੰਦਾ ਮੈਂ ਨਹੀਂ ਮੰਨਦਾ, ਬੱਚਾ ਵੱਧ ਤੋਂ ਵੱਧ ਕੀ ਮੰਗ ਲਏਗਾ, ਲਿਆਓ ਮੈਂ ਪੂਰੀ ਕਰ ਸਕਦਾ। ਇੱਕ ਰੋਂਦਾ ਹੋਇਆ ਬੱਚਾ ਲਿਆਂਦਾ, ਪੁੱਛਿਆ ਕੀ ਚਾਹੀਦਾ ਹੈ, ਉਹ ਕਹਿੰਦਾ ਇੱਕ ਕੁੱਜੀ ਲੈਣੀ ਹੈ। ਰਾਜਾ ਕਹਿੰਦਾ ਲਓ ਜੀ, ਮੈਂ ਕਿਹਾ ਸੀ ਨਾ ਬੱਚਾ ਵੱਧ ਤੋਂ ਵੱਧ ਕੀ ਮੰਗ ਲਏਗਾ, 2 ਪੈਸੇ ਦੀ ਮਿੱਟੀ ਦੀ ਕੁੱਜੀ ਆਉਂਦੀ ਆ, ਲੈ ਦਿਓ। ਹੋਰ ਬੱਚੇ ਨੂੰ ਪੁੱਛਿਆ ਵੀ ਹੋਰ ਕੀ ਚਾਹੀਦਾ, ਬੱਚਾ ਕਹਿੰਦਾ ਹਾਥੀ ਲੈਣਾ। ਰਾਜਾ ਸੀ, ਹਾਥੀ ਦੇ ਸਕਦਾ ਸੀ, ਉਹਨੇ ਹਾਥੀ ਵੀ ਦੇ ਦਿੱਤਾ ਵੀ ਲਓ ਜੀ ਹਾਥੀ ਵੀ ਦੇ ਦਿੱਤਾ। ਬੱਚਾ ਫਿਰ ਵੀ ਰੋ ਰਿਹਾ, ਪੁੱਛਿਆ ਵੀ ਹੁਣ ਦੱਸ ਕੀ ਚਾਹੀਦਾ, ਹਾਥੀ ਵੀ ਮਿਲ ਗਿਆ ਕੁੱਜੀ ਵੀ ਮਿਲ ਗਈ। ਉਹ ਕਹਿੰਦਾ ਹਾਥੀ ਨੂੰ ਕੁੱਜੇ 'ਚ ਪਾ ਕੇ ਦਿਓ, ਮੈਂ ਘਰ ਲੈ ਕੇ ਜਾਣਾ। ਰਾਜਾ ਕੰਨਾਂ ਨੂੰ ਹੱਥ ਲਾਉਂਦਾ ਕਿ ਮਹਾਤਮਾ ਜੀ ਤੁਸੀਂ ਠੀਕ ਆਖਿਆ, ਸਾਡਾ ਮਨ ਇਆਣਾ ਬੱਚਾ ਹੈ, ਨਾਲ ਇਆਣੇ ਦੋਸਤੀ ਕਦੇ ਨਾ ਆਵੇ ਰਾਸ। ਇਹ ਐਸੀਆਂ ਐਸੀਆਂ ਮੰਗਾਂ ਮੰਗਦਾ ਕਿ ਕੁੱਜੇ 'ਚ ਹਾਥੀ ਪਾਉਣਾ ਚਾਹੁੰਦਾ ਔਰ ਇਹਦੀ ਮੰਗ ਕਦੀ ਪੂਰੀ ਨਹੀਂ ਕੀਤੀ ਜਾ ਸਕਦੀ। ਇਹਦੀਆਂ ਮੰਗਾਂ ਨੂੰ ਪੂਰਨਾ ਇਹ ਕੇਵਲ ਰੱਬ ਦੇ ਹੱਥ ਹੈ। ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੋਵੇ, ਉਹਦਾ ਨਾਮ ਮਿਲ ਜੇ ਤਾਂ ਉਹ ਸਾਰੀਆਂ ਹੀ ਮੰਗਾਂ ਪੂਰੀਆਂ ਹੋ ਜਾਂਦੀਆਂ। ਆਨੰਦ ਸੁਣੋ ਵਡਭਾਗੀ ਉਹ ਸਗਲ ਮਨੋਰਥ ਪੂਰੇ, ਉਹ ਜਿੰਨੇ ਅੰਦਰ ਟੋਏ ਪਏ ਹੋਏ ਨੇ ਸਾਰੇ ਹੀ ਪੂਰੇ ਜਾਂਦੇ ਨੇ। ਹਰ ਇੱਕ ਇੱਛਾ, ਜੇ ਉਹ ਇੱਛਾ ਚੰਗੀ ਹੈ ਵਾਹਿਗੁਰੂ ਪੂਰੀ ਕਰ ਦਿੰਦਾ ਹੈ, ਜੇ ਮਾੜੀ ਹੈ ਤਾਂ ਉਹਨੂੰ ਵੈਸੇ ਹੀ ਪੂਰ ਦਿੰਦਾ, ਉਹ ਇੱਛਾ ਹੀ ਖਤਮ ਹੋ ਜਾਂਦੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੀ ਪਾਵਨ ਬਾਣੀ ਦੇ ਵਿੱਚ ਫਰਮਾਉਂਦੇ ਨੇ, ਸੁੱਖਾਂ ਦੀ ਮਣੀ ਕੀ ਹੈ ਅਤੇ ਕਿੱਥੇ ਹੈ। ਸਾਨੂੰ 2 ਸਵਾਲਾਂ ਦਾ ਜਵਾਬ ਚਾਹੀਦਾ, ਸੁੱਖਾਂ ਦੀ ਮਣੀ ਕੀ ਹੈ ਅਤੇ ਕਿੱਥੇ ਹੈ, ਕਿਵੇਂ ਮਿਲੇਗੀ, ਇਹ ਉਦੋਂ ਅਗਲਾ ਸਵਾਲ ਹੈ। ਪਰ ਪਹਿਲਾਂ ਸਿਰਫ ਇੰਨਾ ਹੀ ਪਤਾ ਲੱਗ ਜੇ ਵੀ ਸੁੱਖਾਂ ਦੀ ਮਣੀ ਹੈ ਕੀ। ਸੁੱਖਾਂ ਦੀ ਮਣੀ ਗੁਰੂ ਪਾਤਸ਼ਾਹ ਮਹਾਰਾਜ ਨੇ ਅੱਜ ਦੀ ਪਾਵਨ ਪਵਿੱਤਰ ਬਾਣੀ ਦੀ ਰਹਾਉ ਵਾਲੀ ਪੰਕਤੀ 'ਚ ਆਖੀ ਹੈ। 24 ਅਸ਼ਟਪਦੀਆਂ ਦੇ ਨਾਲ 24 ਸਲੋਕ ਹਨ। ਜਿਹੜੀ ਗੱਲ ਸਲੋਕ ਦੇ ਵਿੱਚ ਆਖੀ ਹੈ ਉਹਨੂੰ ਹੀ ਥੋੜ੍ਹਾ ਖੋਲ੍ਹ ਕੇ ਅਸ਼ਟਪਦੀ ਦੇ ਵਿੱਚ ਆਖਿਆ ਗਿਆ। ਅਸ਼ਟਪਦੀ ਤੋਂ ਭਾਵ 8 ਪੌੜੀਆਂ ਦਾ ਇੱਕ ਸੰਗ੍ਰਹਿ। ਇੱਕ ਇੱਕ ਪੌੜੀ ਦੀਆਂ 10-10 ਪੰਕਤੀਆਂ ਹਨ। 10 ਪੰਕਤੀਆਂ ਦੀ ਇੱਕ ਪੌੜੀ ਹੈ, 8 ਪੌੜੀਆਂ ਦੀ ਅਸ਼ਟਪਦੀ ਹੈ। ਹਰ ਅਸ਼ਟਪਦੀ 'ਚ ਜੋ ਭਾਵ ਚੱਲਦਾ ਹੈ ਉਹਨੂੰ ਸਲੋਕ ਦੇ ਵਿੱਚ ਸੰਖੇਪ ਕਰਕੇ ਲਿਖਿਆ ਹੋਇਆ। ਫਿਰ 24 ਦੇ 24 ਸਲੋਕ ਅਤੇ 24 ਦੀਆਂ 24 ਅਸ਼ਟਪਦੀਆਂ, ਸਾਰੀਆਂ ਦਾ ਜੋ ਕੇਂਦਰੀ ਭਾਵ ਹੈ ਉਹਦੇ ਵਾਸਤੇ ਮਹਾਰਾਜ ਨੇ 2 ਪੰਕਤੀਆਂ ਦਾ ਰਹਾਉ ਵਾਲਾ ਬੰਦ ਉਚਾਰਿਆ। ਰਹਾਉ ਵਾਲਾ ਜਿਹੜਾ ਬੰਦ ਹੈ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਇਹਦੇ 'ਚ ਪਾਤਸ਼ਾਹ ਜੀ ਨੇ ਦੱਸਿਆ ਵੀ ਸੁੱਖਾਂ ਦੀ ਮਣੀ ਰੱਬ ਦਾ ਨਾਮ ਆ, ਇਹ ਨਾਮ ਅੰਮ੍ਰਿਤ ਹੈ। ਅੰਮ੍ਰਿਤ, ਮ੍ਰਿਤ ਹੁੰਦੀ ਮ੍ਰਿਤੂ, ਮਿੱਟੀ ਨੂੰ ਮ੍ਰਿਤਕਾ ਕਹਿੰਦੇ ਹਾਂ, ਮਿੱਟੀ ਬੰਦਾ ਹੋ ਜੇ ਉਹਨੂੰ ਵੀ ਮ੍ਰਿਤ ਕਹਿੰਦੇ ਹਾਂ, ਮੁਰਦਾ ਹੋ ਗਿਆ। ਮ੍ਰਿਤ ਜਾਂ ਮ੍ਰਿਤਕਾ ਮਿੱਟੀ ਨੂੰ ਕਹਿੰਦੇ ਹਾਂ, ਅਤੇ ਬੰਦਾ ਮਿੱਟੀ ਹੋ ਗਿਆ ਉਹਨੂੰ ਵੀ ਮ੍ਰਿਤ ਕਹਿੰਦੇ ਹਾਂ, ਮੁਰਦਾ ਕਹਿੰਦੇ ਹਾਂ। ਅਤੇ ਅੰਮ੍ਰਿਤ ਜੋ ਮੁਰਦਾ ਨਹੀਂ ਹੈ, ਜੋ ਜਿਉਂਦਾ ਹੈ, ਜੋ ਜੀਵਨ ਦੇ ਸਕਦਾ ਉਹ ਅੰਮ੍ਰਿਤ ਹੈ। ਅੰਮ੍ਰਿਤ ਸਾਨੂੰ ਆਤਮਕ ਮ੍ਰਿਤੂ ਤੋਂ ਜੋ ਰਹਿਤ ਕਰ ਦੇਵੇ ਉਹ ਅੰਮ੍ਰਿਤ ਹੈ।
ਔਰ ਇਹ ਅੰਮ੍ਰਿਤ ਕਿਹੜਾ ਹੈ? ਇਹ ਰੱਬ ਦਾ ਨਾਮ ਹੈ, ਪਰਮਾਤਮਾ ਦਾ ਨਾਮ ਅੰਮ੍ਰਿਤ ਹੈ। ਸਰੀਰ ਕਰਕੇ ਸਭ ਨੇ ਮਰਨਾ ਹੈ, ਉਸ ਮੌਤ ਨੂੰ ਗੁਰੂ ਜੀ ਮੌਤ ਨਹੀਂ ਮੰਨਦੇ। ਉਹ ਕਹਿੰਦੇ ਜੰਮਣ ਮਰਨਾ ਹੁਕਮ ਹੈ, ਉਹ ਤਾਂ ਹੁਕਮ ਹੈ, ਉਹਨੇ ਤਾਂ ਆਉਣਾ ਹੀ ਆਉਣਾ ਹੈ, ਉਹਨੂੰ ਅਸੀਂ ਨਹੀਂ ਵਰਜਦੇ। ਉਹ ਆਪਣੀ ਥਾਂ 'ਤੇ ਅਟਲ ਹੈ, ਔਰ ਮੌਤ ਅਤੇ ਜੰਮਣਾ ਦੋਵੇਂ ਹੀ ਵਾਹਿਗੁਰੂ ਦਾ ਹੁਕਮ ਹੈ। ਗੁਰਮੁਖ ਨੂੰ ਦੋਨੇ ਹੀ ਪ੍ਰਵਾਨ ਹਨ, ਜੰਮਣ ਮਰਨਾ ਹੁਕਮ ਹੈ, ਭਾਣੈ ਆਵੈ ਜਾਏ, ਇਹ ਆਉਣਾ ਅਤੇ ਜਾਣਾ ਹੈ। ਅਸਲ ਵਿੱਚ ਨਾ ਕੁਝ ਜੰਮਦਾ ਨਾ ਕੁਝ ਮਰਦਾ, ਨਾ ਕਿਛ ਜਨਮ ਹੈ ਨਾ ਕਿਛ ਮਰੈ। ਇਹ ਪੰਜ ਤੱਤ ਇਕੱਠੇ ਹੋਏ, ਇਹਨਾਂ ਦਾ ਸੰਯੋਗ ਹੋ ਗਿਆ, ਜਦੋਂ ਇਹ ਅੱਡ ਅੱਡ ਹੋ ਗਏ ਇਹਨਾਂ ਦਾ ਵਿਯੋਗ ਹੋ ਗਿਆ, ਬਸ ਇਹਦੇ ਨਾਲ ਹੀ ਕੰਮ ਚੱਲੀ ਜਾਂਦਾ। ਸੰਯੋਗ ਵਿਯੋਗ ਦੋਏ ਕਾਰ ਚਲਾਵੇਂ, ਇਹ ਜੁੜਨਾ ਅਤੇ ਵਿਛੜਨਾ। ਇਹ ਜੀਓ ਅਤੇ ਪਿੰਡ ਤਨ ਅਤੇ ਮਨ ਇਕੱਠੇ ਹੋ ਗਏ, ਇਹ ਜਨਮ ਹੈ। ਇਹ ਜੀਓ ਅਤੇ ਪਿੰਡ ਅੱਡ ਅੱਡ ਹੋ ਜਾਣਗੇ, ਪਿੰਡ ਪਵੇ ਜੀਓ ਚੱਲ ਸੀ ਜੇ ਜਾਣੇ ਕੋਈ, ਇਹ ਵਿਯੋਗ ਹੋ ਜਾਏਗਾ, ਤਾਂ ਇਹਨੂੰ ਲੋਕ ਮਰਨਾ ਕਹਿੰਦੇ ਨੇ। ਅਸਲ ਵਿੱਚ ਕਹਿੰਦੇ ਨਾ ਕਿਛ ਜਨਮੈ ਨਾ ਕਿਛ ਮਰੈ, ਆਪਣੇ ਚਲਿਤ ਆਪ ਹੀ ਕਰੈ। ਸਰੀਰਕ ਮੌਤ ਅਟਲ ਹੈ, ਉਹ ਗੁਰਮੁਖ ਨੂੰ ਪ੍ਰਵਾਨ ਹੁੰਦੀ ਹੈ। ਜਿਹੜੀ ਆਤਮਕ ਮੌਤ ਹੈ, ਜ਼ਮੀਰ ਦੀ ਮੌਤ ਹੈ, ਉਹ ਪ੍ਰਵਾਨ ਨਹੀਂ ਹੈ। ਉਹਨ ਤੋਂ ਜਿਹੜਾ ਬਚਾਵੇਗਾ ਉਹ ਅੰਮ੍ਰਿਤ ਹੈ, ਮ੍ਰਿਤੂ ਤੋਂ ਰਹਿਤ ਕਰ ਦੇਵੇਗਾ। ਅੰਮ੍ਰਿਤ, ਉਹ ਅੰਮ੍ਰਿਤ ਰੱਬ ਦਾ ਨਾਮ ਹੈ, ਔਰ ਇਹ ਨਾਮ ਹੀ ਸੁੱਖਾਂ ਦੀ ਮਣੀ ਹੈ। ਸੁਖ ਮਣੀ ਸੁਖ ਅੰਮ੍ਰਿਤ ਪ੍ਰਭ ਨਾਮ। ਇੱਕ ਸਵਾਲ ਦਾ ਜਵਾਬ ਮਿਲ ਗਿਆ ਕਿ ਸੁੱਖਾਂ ਦੀ ਮਣੀ ਕੀ ਹੈ। ਸੁੱਖਾਂ ਦੀ ਮਣੀ ਪਰਮਾਤਮਾ ਦਾ ਨਾਮ ਹੈ, ਇਹ ਅੰਮ੍ਰਿਤ ਹੈ, ਇਹ ਹੈ ਕਿੱਥੇ? ਦੂਜੀ ਇੱਕ ਮਣੀ ਹੁੰਦੀ ਹੈ ਕੀਮਤੀ, ਮੰਨਿਆ ਜਾਂਦਾ ਵੀ ਉਹ ਕੋਬਰੇ ਸੱਪ ਦੇ ਸਿਰ 'ਤੇ ਹੁੰਦੀ ਹੈ, ਜਿਉਂ ਮਣ ਕਾਲੇ ਸੱਪ ਸਿਰ। ਸਮਾਜਿਕ ਤੌਰ 'ਤੇ ਵਿਸ਼ਵਾਸ ਹੈ ਕਿ ਮਣੀ ਹੁੰਦੀ ਹੈ, ਜਿਉਂ ਮਣ ਕਾਲੇ ਸੱਪ ਸਿਰ, ਹਸਾਰ ਨਾ ਜਾਣੇ ਵਿਸੂ ਭਰਿਆ। ਇਹ ਮਣੀ ਕਿੱਥੇ ਮਿਲੇਗੀ ਸਾਨੂੰ, ਜਿਹੜੀ ਸੁੱਖਾਂ ਦੀ ਮਣੀ ਹੈ? ਸੁੱਖਾਂ ਦੀ ਮਣੀ ਅੰਮ੍ਰਿਤਮਈ ਨਾਮ ਹੈ, ਇਹ ਕਿੱਥੇ ਮਿਲੇਗੀ? ਪਹਾੜਾਂ 'ਤੇ, ਤੀਰਥਾਂ 'ਤੇ, ਜੰਗਲਾਂ 'ਚ, ਜਾਂ ਸਮੁੰਦਰ ਵਿੱਚੋਂ, ਜਾਂ ਵਿਦੇਸ਼ਾਂ 'ਚੋਂ? ਇਹ ਸੁੱਖਾਂ ਦੀ ਮਣੀ ਸਾਨੂੰ ਕਿੱਥੋਂ ਮਿਲੇਗੀ? ਅਹੁਦਿਆਂ 'ਚੋਂ ਮਿਲੇਗੀ? ਇਹ ਸੁੱਖਾਂ ਦੀ ਮਣੀ ਸਾਨੂੰ ਕੁਰਸੀਆਂ 'ਤੇ ਬਹਿ ਕੇ ਮਿਲੇਗੀ? ਇਹ ਸੁੱਖਾਂ ਦੀ ਮਣੀ ਜੋ ਰੱਬ ਦਾ ਨਾਮ ਹੈ, ਇਹ ਜ਼ਿਆਦੀ ਵਿੱਦਿਆ ਪੜ੍ਹਨ ਨਾਲ ਮਿਲ ਜਾਏਗੀ? ਇਹ ਸੁੱਖਾਂ ਦੀ ਮਣੀ ਕਿੱਥੋਂ ਮਿਲੇਗੀ ਅਤੇ ਕਿੱਥੇ ਹੁੰਦੀ ਹੈ? ਇਹਦਾ ਜਵਾਬ ਸੱਚੇ ਪਾਤਸ਼ਾਹ ਨੇ ਅਗਲੀ ਪੰਕਤੀ 'ਚ ਦਿੱਤਾ ਹੈ। ਭਗਤ ਜਨਾ ਕਹਿ ਮਨ ਵਿਸਰਾਮ। ਇਹਦਾ ਟਿਕਾਣਾ, ਇਹਦਾ ਵਿਸਰਾਮ ਪਰਮੇਸ਼ੁਰ ਦੇ ਭਗਤਾਂ ਦੇ ਦਿਲ ਵਿੱਚ ਹੈ। ਉਹਨਾਂ ਦੇ ਦਿਲ ਵਿੱਚ, ਮਨ ਵਿੱਚ ਮਿਹਰ ਪਵੇਗੀ ਤਾਂ ਉਹ ਸਾਨੂੰ ਦੇ ਦੇਣਗੇ, ਨਹੀਂ ਤਾਂ ਆਪਣੇ ਹੱਥ ਨਹੀਂ ਆਉਂਦੀ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕਹਿ ਮਨ ਵਿਸਰਾਮ। ਸੰਗਤ ਵਿੱਚ ਜਾਣਾ ਇਸੇ ਲਈ ਜ਼ਰੂਰੀ ਹੈ, ਸੰਗਤ ਵਿੱਚ ਜਾਵਾਂਗੇ ਤਾਂ ਉੱਥੇ ਸਤਸੰਗੀ ਜਨ ਅਕਾਲ ਪੁਰਖ ਦੀ ਸਿਫਤ ਸਲਾਹ ਜੋ ਕਰ ਰਹੇ ਨੇ, ਸਤਸੰਗਤ ਕੈਸੀ ਜਾਣੀ ਹੈ ਜਿੱਥੇ ਇੱਕ ਉਹ ਨਾਮ ਵਿਖਾਣੀ। ਸਾਰੀ ਜ਼ਿੰਦਗੀ ਆਪਣੇ ਨਾਮ ਨੂੰ ਅੱਗੇ ਰੱਖ ਕੇ ਜਿਉਂਦੇ ਰਹੇ, ਪਤਾ ਲੱਗਾ ਵੀ ਆਪਣਾ ਨਾਮ ਤਾਂ ਮਿੱਟੀ 'ਚ ਮਿਲ ਜਾਣਾ, ਕਿਸੇ ਨੇ ਯਾਦ ਨਹੀਂ ਰੱਖਣਾ। ਵੱਡੇ ਵੱਡੇ ਰਾਜੇ ਮਹਾਰਾਜੇ ਹੋਏ ਹੋ ਕੇ ਚਲੇ ਗਏ, ਪਤਾ ਹੀ ਨਹੀਂ ਸਾਨੂੰ, ਪਤਾ ਹੀ ਨਹੀਂ ਕਿੰਨੇ ਕੁ ਹੋ ਗਏ, ਕਿਲ੍ਹੇ ਪਏ ਨੇ, ਖੰਡਰ ਪਏ ਨੇ, ਪਰ ਇਹ ਨਹੀਂ ਪਤਾ ਉਸ ਕਿਲ੍ਹੇ 'ਚ ਕਿੰਨੇ ਰਾਜੇ ਰਾਜ ਕਰ ਗਏ, ਪਤਾ ਹੀ ਨਹੀਂ। ਰਾਜੇ ਰਹੀਏ ਤਾਂ ਸਿੱਕਦਾਰ ਕੋਈ ਨਾ ਰਹਿ ਸੀਓ, ਹੱਟ ਪੱਟਣ ਬਾਜ਼ਾਰ ਹੁਕਮੀ ਢਹਿ ਸੀਓ, ਪੱਕੇ ਬੰਕ ਦੁਆਰ ਮੂਰਖ ਜਾਣਾ ਆਪਣੇ, ਦਰਬ ਭਰੇ ਭੰਡਾਰ ਰੀਤੇ ਇੱਕ ਖਣੇ, ਰੀਤੇ ਹੁੰਦੇ ਖਾਲੀ, ਇੱਕ ਸਕਿੰਟ 'ਚ ਖਜ਼ਾਨੇ ਖਾਲੀ ਹੋ ਜਾਂਦੇ। ਰਾਜੇ ਰਹੀਏ ਤਾਂ ਸਿੱਕਦਾਰ ਕੋਈ ਨਾ ਰਹਿ ਸੀਓ, ਹੱਟ ਪੱਟਣ ਬਾਜ਼ਾਰ ਹੁਕਮੀ ਢਹਿ ਸੀਓ, ਪੱਕੇ ਬੰਕ ਦੁਆਰ ਮੂਰਖ ਜਾਣਾ ਆਪਣੇ, ਦਰਬ ਭਰੇ ਭੰਡਾਰ ਰੀਤੇ ਇੱਕ ਖਣੇ, ਤਾਜ਼ੀ ਰੱਥ ਤੁਖਾਰ ਹਾਥੀ ਪਾਖਰੇ। ਤਾਜ਼ੀ ਘੋੜੀਆਂ ਨੂੰ ਕਹਿ ਰਹੇ ਨੇ, ਰੱਥ ਤੁਖਾਰ ਹਾਥੀ ਪਾਖਰੇ,
ਬਾਗ ਮਿਲਖ ਘਰ ਬਾਰ ਕਿੱਥੇ ਸੇ ਆਪਣੇ, ਤੰਬੂ ਪਲੰਘ ਨਿਵਾਰ ਸਰੈਚੇ ਲਾਲਤੀ, ਇਹ ਬੜੇ ਬੜੇ ਸ਼ਮਿਆਨੇ ਤੰਬੂ ਕਨਾਤਾਂ ਕੁਛ ਨਹੀਂ ਲੱਭਣਾ। ਤੰਬੂ ਪਲੰਘ ਨਿਵਾਰ ਸਰਾਇਚੇ ਲਾਲਤੀ, ਨਾਨਕ ਸੱਚ ਦਾ ਤਾਰ ਸ਼ਨਾਖਤ ਕੁਦਰਤੀ। ਰੱਬ ਦੀ ਸ਼ਨਾਖਤ ਜੇ ਕਰਨੀ ਹੈ ਤਾਂ ਉਹਦੀ ਕੁਦਰਤ 'ਚੋਂ ਹੋਏਗੀ, ਉਹਦੀ ਇਸ ਬਣਾਈ ਸ੍ਰਿਸ਼ਟੀ ਦੇ ਵਿੱਚੋਂ ਹੀ ਹੋਏਗੀ। ਇਹ ਸਾਰੀ ਸ੍ਰਿਸ਼ਟੀ ਉਹਦੇ ਹੁਕਮ 'ਚ ਚੱਲ ਰਹੀ ਹੈ, ਹੁਕਮ ਨੂੰ ਸਮਝ ਲਾਂਗੇ ਅਸੀਂ ਸੁਖੀ ਹੋ ਜਾਵਾਂਗੇ। ਸੁੱਖਾਂ ਦੀ ਮਣੀ ਰੱਬ ਦਾ ਨਾਮ ਹੈ, ਰੱਬ ਦੇ ਨਾਮ ਸੁੱਖਾਂ ਦੀ ਮਣੀ, ਇਹਦਾ ਵਿਸਰਾਮ, ਇਹਦਾ ਟਿਕਾਣਾ ਰੱਬ ਦੇ ਪਿਆਰਿਆਂ ਦੇ ਦਿਲ ਵਿੱਚ ਹੈ, ਹਿਰਦੇ ਵਿੱਚ ਹੈ, ਅਤੇ ਉਹਨਾਂ ਦੇ ਹਿਰਦੇ 'ਚੋਂ ਹੀ ਇਹ ਪ੍ਰਗਟ ਹੋਏਗੀ। ਰੱਬ ਦੇ ਪਿਆਰੇ ਆਪਣੇ ਹਿਰਦੇ ਵਿੱਚੋਂ ਜਦੋਂ ਵਾਹਿਗੁਰੂ ਦੀ ਸਿਫਤ ਕਰਦੇ ਹਨ, ਉਹਨਾਂ ਦੇ ਬਚਨ ਹੀ ਜਿਹੜੇ ਹਨ ਉਹ ਸਾਡੇ ਵਾਸਤੇ ਸੁੱਖ ਵਰਸਾਉਣ ਵਾਲੇ ਬਦਲ ਹੁੰਦੇ ਹਨ। ਸਤਿਗੁਰਾਂ ਦੀ ਪਾਵਨ ਬਾਣੀ ਨੂੰ ਪੜ੍ਹੋ, ਪਾਵਨ ਬਾਣੀ ਦੇ ਵਿੱਚ ਵੇਖੋ ਕਿੰਨੇ ਮਹਾਂਪੁਰਸ਼ਾਂ ਦੀ ਬਾਣੀ ਦਰਜ ਹੈ। ਭਗਤ ਕਬੀਰ ਜੀ ਬੈਠੇ ਨੇ, ਭਗਤ ਨਾਮਦੇਵ ਜੀ ਬੈਠੇ ਨੇ, ਭਗਤ ਰਵਿਦਾਸ ਜੀ ਬੈਠੇ ਨੇ। ਥੋੜ੍ਹੇ ਦਿਨਾਂ ਬਾਅਦ ਭਗਤ ਰਵਿਦਾਸ ਜੀ ਦਾ ਪ੍ਰਕਾਸ਼ ਜਨਮ ਦਿਹਾੜਾ ਆ ਰਿਹਾ, 24 ਨੂੰ ਦੇਸ਼ ਵਿਦੇਸ਼ ਵਿੱਚ ਸਮੂਹ ਸੰਗਤਾਂ ਵੱਲੋਂ ਮਨਾਇਆ ਜਾਣਾ। ਸਾਧ ਸੰਗਤ ਜੀ, ਐਸੇ ਐਸੇ ਮਹਾਂਪੁਰਸ਼ ਜਿਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ, ਭਗਤ ਸੈਣ ਜੀ, ਭਗਤ ਧੰਨਾ ਜੀ, ਭਗਤ ਤਰਲੋਚਨ ਜੀ, ਭਗਤ ਬੇਣੀ ਜੀ, ਸਤਿਗੁਰਾਂ ਦੀ ਪਾਵਨ ਬਾਣੀ, ਬਾਣੀ ਉਚਰੈ ਸਾਧ ਜਨ ਅਮਿਓ ਚੱਲੈ ਝਰਨੇ, ਉਹ ਬਾਣੀ ਉਚਾਰਦੇ ਨੇ, ਅੰਮ੍ਰਿਤ ਦੇ ਝਰਨੇ ਫੁੱਟਦੇ ਹਨ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਉਚਾਰਨ ਕੀਤੀ ਹੈ। ਇਸ ਬਾਣੀ ਦੇ ਵਿੱਚ ਸਾਡੀ ਜ਼ਿੰਦਗੀ ਦਾ ਕੋਈ ਪੱਖ ਐਸਾ ਨਹੀਂ ਜਿਹੜਾ ਨਾ ਛੋਇਆ ਹੋਵੇ ਮਹਾਰਾਜ ਨੇ। ਬੰਦੇ ਨੂੰ ਸੱਚੇ ਪਾਤਸ਼ਾਹ ਨੇ ਪਹਿਲੀ ਪੰਕਤੀ ਵਿੱਚ ਹੀ ਸੁੱਖਾਂ ਦੀ ਗੱਲ ਆਖੀ, ਕਿਉਂਕਿ ਬੰਦਾ ਰੱਬ ਦੀ ਚਿੰਤਾ ਘੱਟ ਕਰਦਾ, ਆਪਣੇ ਸੁੱਖ ਦੀ ਜ਼ਿਆਦਾ ਕਰਦਾ। ਪਰਮਾਤਮਾ ਦੀ ਲੋੜ ਸਾਨੂੰ ਇਸ ਲਈ ਹੈ ਕਿ ਸਾਡਾ ਜੀਵਨ ਸੁਖੀ ਹੋ ਜਾਵੇਗਾ। ਅਸੀਂ ਦੁੱਖਾਂ ਨੂੰ ਜਮ੍ਹਾਂ ਕਰੀ ਜਾਂਦੇ ਹਾਂ, ਲੈਣ ਅਸੀਂ ਸੁੱਖ ਜਾਂਦੇ ਹਾਂ, ਪਰ ਆਉਂਦਾ ਦੁੱਖ ਹੈ। ਸੁੱਖ ਮੰਗਤ ਦੁੱਖ ਆਗਲ ਆਵੇ, ਸੋ ਸੁੱਖ ਹਮੋ ਨਾ ਮੰਗਿਆ ਪਾਵੇ। ਜਿਹੜੀ ਚੀਜ਼ ਵਿੱਚ ਸੁੱਖ ਹੁੰਦਾ ਹੈ ਉਹਦੇ ਵਿੱਚ ਹੀ ਨਾਲ 50 ਦੁੱਖ ਲੁਕੇ ਹੁੰਦੇ ਨੇ। ਜਦੋਂ ਉਹ ਚੀਜ਼ ਆਉਂਦੀ ਹੈ ਸਾਨੂੰ ਲੱਗਦਾ ਵੀ ਇਹਦੇ ਨਾਲ ਬੜਾ ਸੁੱਖ ਆ ਜਾਣਾ, ਪਰ ਜਦੋਂ ਸਾਡੇ ਕੋਲ ਆ ਜਾਂਦੀ ਹੈ ਬਾਅਦ 'ਚ ਪਤਾ ਲੱਗਦਾ ਵੀ ਇਹ ਇਕੱਲਾ ਸੁੱਖ ਨਹੀਂ ਹੈ, ਇਹਨੇ ਆਪਣੇ ਨਾਲ ਕਈ ਸਾਰੇ ਦੁੱਖ ਲਿਆਉਂਦੇ ਹਨ। ਜਦੋਂ ਬਾਬਰ ਦਾ ਹਮਲਾ ਹੋਇਆ ਤਾਂ ਇੱਥੇ ਫਿਰ ਜਿਹੜੇ ਲੋਕ ਸਨ ਉਹਨਾਂ ਕੋਲ ਸੁੱਖ ਦਾ ਘਾਟਾ ਨਹੀਂ ਸੀ ਕੋਈ ਵੀ। ਧਨ ਜੋਬਨ ਦੋਏ ਵੈਰੀ ਹੋਏ, ਇੰਨਾ ਕੁ ਧਨ ਜੋਬਨ ਇਕੱਠਾ ਕਰੀ ਬੈਠੇ ਸੀ ਕਿ ਉਹਨੂੰ ਵੇਖ ਕੇ ਦੁਸ਼ਮਣ ਆਇਆ। ਧਨ ਜੋਬਨ ਦੋਏ ਵੈਰੀ ਹੋਏ, ਜਿੰਨੀ ਰੱਖੇ ਰੰਗ ਲਾਏ, ਦੂਤਾਂ ਨੂੰ ਫਰਮਾਇਆ ਲੈ ਚੱਲੇ ਪੱਤ ਗਵਾਏ, ਜੇ ਤਿਸ ਪਾਵੈ ਦੇ ਵਡਿਆਈ, ਜੇ ਤਿਸ ਪਾਵੈ ਦੇ ਸਜਾਏ। ਗੁਰੂ ਸਾਹਿਬ ਜੀ ਕਹਿੰਦੇ ਹਨ ਬੰਦਾ ਜਿਨ੍ਹਾਂ ਚੀਜ਼ਾਂ ਨੂੰ ਸੁੱਖ ਸਮਝਦਾ ਉਹ ਤਾਂ ਬੰਦੇ ਦੀ ਸੁਰਤ ਭੁਲਾ ਦਿੰਦੇ ਨੇ। ਸ਼ਾਹਾਂ ਸੁਰਤ ਗਵਾਈਆ ਰੰਗ ਤਮਾਸ਼ਾ 'ਚ ਆਏ, ਰੰਗ ਤਮਾਸ਼ਿਆਂ ਮੌਜ ਮਸਤੀਆਂ 'ਚ ਸੁਰਤ ਭੁੱਲੀ ਹੁੰਦੀ ਹੈ, ਉਦੋਂ ਹੀ ਪਤਾ ਲੱਗਦਾ ਜਦੋਂ ਬਾਬਰ ਬਾਣੀ ਫਿਰ ਗਈ, ਕੋਇਰ ਨਾਲ ਰੋਟੀ ਖਾਏ, ਮੁੜ ਕੇ ਉਹਨਾਂ ਨੇ ਮੁੱਛ ਮੁੱਛ ਕੋਇਰ ਰਲਾਇਆ, ਗਲੀਆਂ 'ਚ ਧੂ ਧੂ ਕੇ ਮਾਰਿਆ, ਵੱਢੇ ਗਏ, ਖਤਮ ਹੋ ਗਏ। ਪਠਾਣ ਜਿਹੜੇ ਬੜੇ ਬੜੇ ਤਕੜੇ ਸੀ, ਲੋਧੀ ਪਠਾਣਾਂ ਦਾ ਰਾਜ ਸੀ, ਉਹ ਸਭ ਪਲਾਂ ਛਿਨਾਂ ਦੇ ਵਿੱਚ ਹੀ ਸੜਕਾਂ 'ਤੇ ਆ ਗਏ, ਰੁਲ ਗਏ, ਰਾਜ ਖੁੱਸ ਗਿਆ, ਖਤਮ ਹੋ ਗਏ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਕੁਝ ਦਿਨ ਪਹਿਲਾਂ ਜਿਹੜੇ ਸ਼ਰਾਬਾਂ ਪੀ ਪੀ ਕੇ ਲਲਕਾਰੇ ਮਾਰਦੇ ਸੀ, ਭਾਈ ਲਾਲੋ ਵਰਗਿਆਂ ਨੂੰ, ਭਾਈ ਮਰਦਾਨਾ ਜੀ ਵਰਗਿਆਂ ਨੂੰ ਬੇਇੱਜ਼ਤ ਕਰਦੇ ਸਨ। ਭਾਈ ਲਾਲੋ ਨੇ ਪੁੱਛਿਆ ਸੀ ਮਹਾਰਾਜ ਇੱਦਾਂ ਹੀ ਰਹੇਗਾ? ਮਹਾਰਾਜ ਕਹਿੰਦੇ ਨਹੀਂ, ਪਾਪ ਕੀ ਜੰਝ ਲੈ ਕਾਬਲੋਂ ਤਾਇਆ, ਜੋਰੀ ਮੰਗੈ ਦਾਨ ਵੇ ਲਾਲੋ। ਅਸਲ ਵਿੱਚ ਜਿਨ੍ਹਾਂ ਚੀਜ਼ਾਂ ਨੂੰ ਦੁਨੀਆ ਸੁੱਖ ਮੰਨਦੀ ਹੈ ਉਹ ਸੁੱਖ ਨਹੀਂ ਹਨ।
ਉਹਨਾਂ ਸੁੱਖਾਂ ਦੇ ਵਿੱਚ ਬਹੁਤ ਸਾਰੇ ਦੁੱਖ ਲੁਕੇ ਹੋਏ ਨੇ। ਅਸਲੀ ਸੁੱਖ ਜਿੱਥੇ ਹੈ, ਸੁੱਖਾਂ ਦੀ ਮਣੀ, ਉਹ ਪਰਮਾਤਮਾ ਦਾ ਨਾਮ ਆ। ਸੁੱਖ ਨਾ ਹੀ ਬਹੁਤਾ ਧਨ ਖਾਟੈ, ਸੁੱਖ ਨਾ ਹੀ ਪੇਖੈ ਨ੍ਰਿਤ ਨਾਟੈ, ਸੁੱਖ ਨਾ ਹੀ ਬਹੁ ਦੇਸ਼ ਕਮਾਏ, ਸਰਬ ਸੁਖਾ ਹਰ ਹਰ ਗੁਣ ਗਾਏ। ਜੋ ਸੁੱਖ ਪ੍ਰਭ ਗੋਬਿੰਦ ਕੀ ਸੇਵਾ, ਸੋ ਸੁੱਖ ਰਾਜ ਨਾ ਲਹੀਐ। ਸੁੱਖ ਨਾ ਹੀ ਰੇ ਹਰ ਭਗਤ ਬਿਨਾ, ਭਗਤੀ ਤੋਂ ਬਿਨਾ ਸੁੱਖ ਨਹੀਂ ਹੈ। ਸੁੱਖ ਨਾ ਹੀ ਰੇ ਹਰ ਭਗਤ ਬਿਨਾ, ਜੀਤ ਜਨਮ ਇਹ ਰਤਨ ਅਮੋਲਕ, ਸਾਧ ਸੰਗਤ ਜਪ ਇੱਕ ਖਿਨਾ। ਸੁੱਤ ਸੰਪਤ ਬਨਤਾ ਵਿਨੋਦ, ਸੁੱਤ ਹੁੰਦੇ ਧੀਆਂ ਪੁੱਤਰ, ਬਨਤਾ ਘਰ ਵਾਲੀ, ਵਿਨੋਦ ਰੰਗ ਤਮਾਸ਼ੇ। ਸੁੱਤ ਸੰਪਤ ਸੰਪੱਤੀ ਹੁੰਦੀ ਜਾਇਦਾਦ, ਸੁੱਤ ਸੰਪਤ ਬਨਤਾ ਵਿਨੋਦ, ਛੋੜ ਗਏ ਬਹੁ ਲੋਕ ਭੋਗ। ਹੈਵਰ ਗੈਵਰ ਰਾਜ ਰੰਗ, ਹੈਵਰ ਘੋੜੇ ਗੈਵਰ ਹਾਥੀ, ਵਧੀਆ। ਹੈਵਰ ਗੈਵਰ ਰਾਜ ਰੰਗ, ਤਿਆਗ ਚੱਲਿਓ ਹੈ ਮੂੜ ਨੰਗ, ਚੋਆ ਚੰਦਨ ਦੇਹ ਫੂਲਿਆ, ਸੋ ਤਨ ਧਰ ਸੰਗ ਰੂਲਿਆ। ਜਿੰਨੇ ਮਰਜ਼ੀ ਇਤਰ ਪਰਫਿਊਮ ਲਾ ਲੈ, ਸਰੀਰ ਤੇਰਾ ਜਾਣਾ ਮਿੱਟੀ 'ਚ ਹੈ। ਪੰਜਵੇਂ ਪਾਤਸ਼ਾਹ ਦਾ ਇੱਕ ਬਚਨ ਹੈ, ਕਰਪੂਰ ਪੁਹਪ ਸੁਗੰਧਾ ਪਰਸ ਮਨੁੱਖਿਅੰਗ ਦੇਹੰਗ ਮਲੀਣੰਗ। ਆ ਬੰਦੇ ਦੇ ਸਰੀਰ ਨਾਲ ਲੱਗ ਜਾਣ ਅਤੇ ਸੁਗੰਧੀ ਦੇਣ ਵਾਲੇ ਪਦਾਰਥ ਜਿਹੜੇ ਉਹ ਵੀ ਭੈੜੇ ਅਤੇ ਬਦਬੂਦਾਰ ਹੋ ਜਾਂਦੇ। ਫੁੱਲ ਲਾ ਲਓ ਲਿਆ ਕੇ, ਇਤਰ ਲਾ ਲਓ, ਸੁਗੰਧੀ ਵਾਲੀਆਂ ਚੀਜ਼ਾਂ ਸਰੀਰ 'ਤੇ ਮਲ ਲਓ ਅਤੇ ਦੋ ਕੁ ਦਿਨਾਂ ਬਾਅਦ ਵੇਖੋ ਉਹ ਵੀ ਬਦਬੂਦਾਰ ਹੋ ਜਾਂਦੀਆਂ ਸਾਡੇ ਸਰੀਰ ਦੇ ਨਾਲ ਲੱਗ ਕੇ। ਕਰਪੂਰ ਵਰਤਿਆ, ਫੁੱਲ ਵਰਤੇ, ਇਤਰ ਵਰਤਿਆ, ਸੁਗੰਧੀਆਂ ਵਰਤੀਆਂ, ਪਰ ਸਾਡੇ ਸਰੀਰ ਨਾਲ ਲੱਗ ਕੇ ਦੋ ਕੁ ਦਿਨਾਂ ਬਾਅਦ ਉਹ ਵੀ ਮੈਲੀਆਂ ਹੋ ਗਈਆਂ। ਕਰਪੂਰ ਪੁਹਪ ਸੁਗੰਧਾ ਪਰਸ ਮਨੁੱਖਿਅੰਗ ਦੇ ਹੰਗ ਮਲੀਣੰਗ, ਮੱਝਾ ਰੁਦਰ ਦੁਰਗੰਧਾ ਨਾਨਕ ਆਥ ਗਰਬੇਣ ਅਗਿਆਨਣੋ। ਮਿੱਝ ਖੂਨ ਦੁਰਗੰਧੀਆਂ, ਇਹੀ ਕੁਛ ਅੰਦਰ ਹੈ ਭਰਿਆ ਹੋਇਆ, ਅਸੀਂ ਫਿਰ ਵੀ ਇਹਦੇ 'ਤੇ ਮਾਣ ਕਰਦੇ ਹਾਂ, ਅਗਿਆਨੀ ਹਾਂ। ਨਾਨਕ ਆਥ ਗਰਬੇਣ ਅਗਿਆਨਣੋ, ਅਗਿਆਨੀ ਬੰਦਾ ਇਹਦੇ 'ਤੇ ਮਾਣ ਕਰੀ ਜਾਂਦਾ। ਜਿਹੜੇ ਸਰੀਰ ਨਾਲ ਜੁੜੇ ਹੋਏ ਸੁੱਖ ਨੇ, ਸਾਨੂੰ ਸਿਰਫ ਉਹੀ ਸੁੱਖ ਲੱਗਦੇ ਨੇ, ਪਰ ਜਰਾ ਨਿਗਾਹ ਮਾਰ ਕੇ ਵੇਖੋ, ਜਿਨ੍ਹਾਂ ਦੇ ਕੋਲ ਸਰੀਰਕ ਸੁੱਖ ਸਾਰਾ ਕੁਝ ਹੈ, ਉਹ ਬੰਦੇ ਸੁਖੀ ਮਿਲਦੇ ਨੇ। ਕਿਸੇ ਦਾ ਚਿਹਰਾ ਹੱਸਦਾ ਹੋਇਆ ਮਿਲਦਾ। ਇਨਸਾਨ ਦੂਜਿਆਂ ਨੂੰ ਦੁਖੀ ਕਰਕੇ ਹਸਾਉਂਦਾ ਤਾਂ ਹੱਸਦਾ ਮਿਲ ਜਾਵੇ, ਦੁਨੀਆ ਨੂੰ ਹਸਾ ਕੇ ਹੱਸਣ ਵਾਲਾ, ਸੱਚ 'ਤੇ ਚੱਲ ਕੇ ਕੋਈ ਮੁਸਕਰਾਉਣ ਵਾਲਾ, ਉਹ ਕੋਈ ਵਿਰਲਾ ਪਾਗਾਂ ਵਾਲਾ ਮਨੁੱਖ ਮਿਲੇਗਾ। ਤਕਰੀਬਨ ਹਰ ਮਨੁੱਖ ਇੱਦਾਂ ਦਾ ਚੱਲ ਰਿਹਾ ਹੈ ਵੀ ਅੰਤਰ ਚਿੰਤਾ ਨੈਣੀ ਸੁਖੀ, ਬਸ ਅੱਖਾਂ ਦੇ ਨਾਲ ਲੱਗਦਾ ਦੇਖਣ ਨੂੰ ਸਾਨੂੰ ਸੁਖੀ, ਅਤੇ ਉਹ ਵੀ ਅੱਖਾਂ ਤੋਂ ਸੁਖੀ ਦੇਖਣ ਦਾ ਯਤਨ ਕਰਦਾ, ਪਰ ਅੰਦਰੋਂ ਅੰਤਰ ਚਿੰਤਾ ਨੈਣੀ ਸੁਖੀ, ਮੂਲ ਨਾ ਉਤਰੈ ਭੁੱਖ, ਨਾਨਕ ਸੱਚੇ ਨਾਮ ਬਿਨ ਕਿਸੇ ਨਾ ਲੱਥੋ ਦੁੱਖ। ਨਾਮ ਤੋਂ ਬਿਨਾਂ ਕਦੀ ਕਿਸੇ ਦਾ ਦੁੱਖ ਨਹੀਂ ਲੱਥਾ। ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ, ਕੋਟ ਜੋਰੇ ਲੱਖ ਕਰੋਰੇ ਮਨ ਨਾ ਹੋਰੇ, ਪਰੈ ਪਰੈ ਹੀ ਕੋ ਲੁਝੀ ਹੈ। ਸੁੰਦਰ ਨਾਰੀ ਅਨਕ ਪ੍ਰਕਾਰੀ, ਪਰ ਗ੍ਰਹਿ ਬੇਕਾਰੀ, ਬੁਰਾ ਭਲਾ ਨਹੀਂ ਸਿੱਧੀ ਹੈ। ਮੁੱਖ ਦੀ ਗੱਲ ਇਹ ਕਿ ਅਸੀਂ ਜਿਹਨੂੰ ਸੁੱਖ ਸਮਝਦੇ ਹਾਂ, ਅਸਲ ਵਿੱਚ ਰੇਤ ਨੂੰ ਪਾਣੀ ਸਮਝ ਕੇ ਭੱਜ ਰਹੇ ਹਾਂ। ਮਾਰੂਥਲ ਦੇ ਵਿੱਚ ਚਮਕਦੀ ਰੇਤ ਨੂੰ ਪਾਣੀ ਸਮਝ ਕੇ ਜੋ ਭੱਜੇਗਾ, ਉਹ ਮੁੱਕ ਜਾਵੇਗਾ, ਪਾਣੀ ਨਹੀਂ ਉਹਨੂੰ ਮਿਲਣਾ। ਸੂਰਜ ਦੀ ਧੁੱਪ ਨਾਲ ਚਮਕਦੀ ਰੇਤ, ਉਹ ਲਿਸ਼ਕੋਰ ਹੋਰ ਅੱਗੇ ਅੱਗੇ ਹੋਈ ਜਾਂਦੀ ਹੈ ਅਤੇ ਪਾਣੀ ਦਾ ਭੁਲੇਖਾ ਪਾਉਂਦੀ ਹੈ। ਗੁਰੂ ਪਾਤਸ਼ਾਹ ਜੀ ਨੇ ਕਿਹਾ, ਆਹ ਤੈਨੂੰ ਦੱਸੀਏ ਸੁੱਖਾਂ ਦੀ ਮਣੀ ਕਿੱਥੇ ਹੈ। ਸੁੱਖਾਂ ਦੀ ਮਣੀ ਪਰਮੇਸ਼ਰ ਦਾ ਨਾਮ ਹੈ, ਕਿੱਥੋਂ ਮਿਲੇਗੀ? ਇਹ ਰੱਬ ਦੇ ਪਿਆਰਿਆਂ ਦੇ ਦਿਲ 'ਚ ਹੈ। ਸੰਗਤ ਵਿੱਚ ਜਾ, ਉਹ ਮਾਲਕ ਦਾ ਜਸ ਕਰਦੇ ਹੋਣਗੇ, ਤੂੰ ਸੁਣ। ਅਕਾਲ ਪੁਰਖ ਦੀ ਬੰਦਗੀ ਨੂੰ ਕਹਿਣਾ ਅਤੇ ਸੁਣਨਾ, ਜਬ ਲੱਗ ਦੁਨੀਆਂ ਰਹੀ ਹੈ, ਨਾਨਕ ਕਿਛ ਸੁਣੀ ਹੈ ਕਿਛ ਕਹੀ ਹੈ। ਕਬੀਰ ਸਾਹਿਬ ਕਹਿੰਦੇ, ਅੱਧਾ ਘੰਟਾ ਉਦੋਂ ਅੱਧਾ ਕਰ ਲਓ ਜਾਂ ਉਦੋਂ ਵੀ ਅੱਧਾ ਕਰ ਲਓ, ਇੰਨਾ ਕੁ ਚਿਰ ਬਹਿ ਸਕਦੇ ਤਾਂ ਬਹਿ ਜਾਓ। ਕਬੀਰ, ਇੱਕ ਘਰੀ ਆਦੀ ਘਰੀ, ਆਦੀ ਹੂੰ ਤੇ ਆਦ,
ਭਗਤਨ ਸੇਤੀ ਗੋਸ਼ਟੇ ਜੋ ਕੀਨੇ ਸੋ ਲਾਭ। ਸੰਗਤ ਵਿੱਚ ਜਾ ਕੇ ਜੋ ਗੋਸ਼ਟੀ ਵਿਚਾਰਕ ਹੋਏਗੀ ਉਹ ਲਾਭਦਾਇਕ ਹੀ ਹੈ। ਆਓ ਸੁਖਮਨੀ ਸਾਹਿਬ ਬਾਣੀ ਦੀ ਵਿਚਾਰ ਆਰੰਭ ਕਰੀਏ। ਜਿੰਨੀਆਂ ਪੌੜੀਆਂ ਮਹਾਰਾਜ ਕਿਰਪਾ ਕਰਨਗੇ ਕਰ ਸਕਾਂਗੇ ਆਪਾਂ ਆਪਣੇ ਸਮੇਂ ਦੇ ਵਿੱਚ ਰਹਿ ਕੇ ਸੁਖਮਨੀ ਸਾਹਿਬ ਜੀ ਦੀਆਂ ਉਨੀਆਂ ਪੌੜੀਆਂ ਦੀ ਵਿਚਾਰ ਆਪਾਂ ਕਰਾਂਗੇ। ਗੌੜੀ ਰਾਗ ਹੈ, ਸੁਖਮਨੀ ਬਾਣੀ ਦਾ ਨਾਮ ਹੈ, ਪੰਜਵੇਂ ਪਾਤਸ਼ਾਹ ਜੀ ਨੇ ਉਚਾਰਨ ਕੀਤੀ ਹੈ। ਗੁਰੂ ਪਾਤਸ਼ਾਹ ਮਹਾਰਾਜ ਫਰਮਾਉਂਦੇ ਨੇ ਸਲੋਕ ਅੰਦਰ ਕਿ ਫਿਰ ਅਸ਼ਟਪਦੀ ਵਿੱਚ ਉਹਦੀ ਵਿਆਖਿਆ ਕਰਦੇ ਹਨ। ਆਓ ਧੰਨ ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦਾਂ ਦੇ ਸਰਤਾਜ ਉਹਨਾਂ ਦੇ ਚਰਨਾਂ ਦਾ ਧਿਆਨ ਧਰ ਕੇ ਸ਼ੁਕਰਾਨਾ ਕਰੀਏ। ਸੱਚੇ ਪਾਤਸ਼ਾਹ ਨੇ ਸਾਨੂੰ ਇਹ ਮਹਾਨ ਬਾਣੀ ਸ਼੍ਰੀ ਸੁਖਮਨੀ ਸਾਹਿਬ ਸੁੱਖਾਂ ਦੀ ਮਣੀ ਬਖਸ਼ਿਸ਼ ਕੀਤੀ ਹੈ। ਆਪਣੀਆਂ ਝੋਲੀਆਂ ਦੇ ਵਿੱਚ ਇਹ ਸੁੱਖਾਂ ਦੀ ਮਣੀ ਪਵਾ ਕੇ ਲੈ ਕੇ ਜਾਈਏ। ਸਤਿਗੁਰੂ ਕਿਰਪਾ ਕਰਨ ਬਾਣੀ ਦੀ ਵਿਚਾਰ ਆਪ ਹੀ ਕਰਵਾ ਲੈਣ। ਇੱਕ ਵਾਰ ਸਾਰੀ ਸੰਗਤ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਗੌੜੀ ਰਾਗ ਹੈ, ਸੁਖਮਨੀ ਬਾਣੀ ਦਾ ਨਾਮ ਹੈ, ਸਿਰਲੇਖ ਹੈ, ਪੰਜਵੇਂ ਪਾਤਸ਼ਾਹ ਜੀ ਨੇ ਉਚਾਰਿਆ ਹੈ। ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਪਹਿਲੀ ਅਸ਼ਟਪਦੀ ਦੇ ਨਾਲ ਦਰਜ ਜੋ ਸਲੋਕ ਹੈ, ਮਹਾਰਾਜ ਨੇ ਨਾਲ ਮੰਗਲਾਚਰਨ ਏਕੋ ਅੰਕਾਰ ਸਤਿਗੁਰ ਪ੍ਰਸਾਦ ਬਖਸ਼ਿਆ ਹੈ। ਇਹਦਾ ਭਾਵ ਹੈ ਕਿ ਅਕਾਲ ਪੁਰਖ ਏਕ ਹੈ, ਨਿਰੰਤਰ ਸਰਵ ਵਿਆਪਕ ਹੈ। ਸੌਖੀ ਬੋਲੀ 'ਚ ਕਹਿ ਲਓ ਕਿ ਹਰ ਵੇਲੇ, ਹਰ ਥਾਂ, ਹਰ ਸਮੇਂ ਵਿੱਚ, ਹਰ ਸਪੇਸ ਵਿੱਚ, ਦੇਸ਼ ਕਾਲ ਦੀਆਂ ਹੱਦਾਂ ਤੋਂ ਪਰੇ ਇੱਕ ਹਸਤੀ ਜੋ ਹੈ, ਇੱਕ ਓਅੰਕਾਰ, ਉਹ ਪਰਮੇਸ਼ਰ ਹੈ। ਸਤਿਗੁਰ ਪ੍ਰਸਾਦ ਸਤਿਗੁਰੂ ਦੀ ਕਿਰਪਾ ਨਾਲ ਉਸ ਵਾਹਿਗੁਰੂ ਨਾਲ ਮਿਲਾਪ ਹੁੰਦਾ ਹੈ। ਆਦਿ ਗੁਰ ਨਮਹ। ਸਤਿਗੁਰੂ ਫਰਮਾਉਂਦੇ ਨੇ ਅਕਾਲ ਪੁਰਖ ਪਰਮੇਸ਼ਰ ਆਦਿ ਜੁਗਾਦ ਤੋਂ ਹੈ। ਜੋ ਗੁਰੂ ਦਾ ਸਰੂਪ ਹੈ, ਸ਼ਬਦ ਰੂਪ ਹੈ, ਉਹ ਵੀ ਸਦਾ ਤੋਂ ਹੈ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ। ਗੁਰੂ ਸਰੀਰ ਨਹੀਂ ਹੈ, ਗੁਰੂ ਸ਼ਬਦ ਹੈ। ਆਦਿ ਗੁਰੂ ਭਾਵ ਆਦਿ ਕਾਲ ਤੋਂ ਜੋ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਹੈ, ਮੇਰੀ ਉਸ ਨੂੰ ਨਮਸਕਾਰ ਹੈ। ਜੋ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ। ਜਾਂ ਸੋਰਠ ਰਾਗ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਫਰਮਾਇਆ, ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਓ। ਸਾਡੇ ਸਾਰਿਆਂ ਦੇ ਗੁਰੂ ਗੁਰੂ ਨਾਨਕ ਪਾਤਸ਼ਾਹ ਨੇ, ਪਰ ਗੁਰੂ ਨਾਨਕ ਪਾਤਸ਼ਾਹ ਦਾ ਗੁਰੂ ਕੌਣ ਹੈ? ਮਤਾਂ ਕੋਈ ਭੁਲੇਖਾ ਰਹੇ, ਸਤਿਗੁਰਾਂ ਦੀ ਬਾਣੀ 'ਚੋਂ ਹੀ ਪੜ੍ਹ ਲਓ। ਸੋਰਠ ਰਾਗ ਵਿੱਚ ਗੁਰੂ ਨਾਨਕ ਸਾਹਿਬ ਨੇ ਆਪ ਹੀ ਲਿਖ ਦਿੱਤਾ, ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਓ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ। ਉਹਨਾਂ ਦਾ ਗੁਰੂ ਅਕਾਲ ਪੁਰਖ ਆਪ ਹੈ, ਉਹ ਆਦਿ ਤੋਂ ਹੈ। ਉਹ ਸਤਿਗੁਰੂ ਦੇ ਆਦਿ ਸਰੂਪ ਨੂੰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਹਨ ਕਿ ਮੇਰੀ ਨਮਸਕਾਰ ਹੈ, ਮੇਰੀ ਵੰਦਨਾ ਹੈ, ਮੇਰਾ ਪ੍ਰਣਾਮ ਹੈ। ਮੈਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਪ੍ਰਣਾਮ ਕਰਦਾ ਹਾਂ ਜੋ ਸਦਾ ਤੋਂ ਆਦਿ ਜੁਗਾਦ ਤੋਂ ਮੌਜੂਦ ਹੈ। ਜੁਗਾਦ ਗੁਰੇ ਨਮਹ। ਯੋਗਾਂ ਦਾ ਆਦਿ, ਸਮੇਂ ਦੀ ਜੋ ਆਰੰਭਤਾ ਹੈ, ਉਦੋਂ ਤੋਂ ਜੋ ਮੌਜੂਦ ਹੈ, ਮੈਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ, ਗੁਰੂ ਦੇਵ ਨੂੰ ਨਮਸਕਾਰ ਕਰਦਾ ਹਾਂ। ਸਤਿਗੁਰੇ ਨਮਹ। ਸਤਿਗੁਰੂ ਨੂੰ ਜੋ ਸਤ ਸਰੂਪ ਹੈ, ਸਦਾ ਕਾਇਮ ਹੈ,
ਪਰਮਾਤਮਾ ਦੀ ਹੋਂਦ ਹਸਤੀ ਸਦੀਵੀ ਹੈ ਔਰ ਸੱਚ ਵਾਲੀ ਹੈ। ਸਤਨਾਮ ਜੋ ਹੈ, ਜੋ ਹੋਂਦ ਵਾਲਾ ਹੈ, ਐਗਜ਼ਿਸਟ ਕਰਦਾ ਹੈ, ਮੌਜੂਦ ਹੈ। ਵੀ ਰੱਬ ਕੋਈ ਕਲਪਨਾ ਨਹੀਂ ਹੈ, ਜਿਵੇਂ ਕੋਈ ਐਂ ਸੋਚੇ ਵੀ ਸ਼ਾਇਦ ਦੁਨੀਆ ਨੂੰ ਡਰਾ ਕੇ ਰੱਖਣ ਲਈ ਕਿ ਇਹ ਰੱਬ ਦਾ ਸੰਕਲਪ ਲਿਆਂਦਾ ਗਿਆ, ਵੀ ਹਾਂ ਵੀ ਬੰਦਾ ਮੰਨ ਲਵੇ ਵੀ ਕੋਈ ਸ਼ਕਤੀ ਹੈਗੀ ਹੈ ਜਿਹੜੀ ਮੇਰਾ ਧਿਆਨ ਰੱਖਦੀ ਆ, ਅਤੇ ਇਹਦੇ ਨਾਲ ਬੰਦਾ ਡਰਿਆ ਰਹੇਗਾ ਅਤੇ ਠੀਕ ਰਹੇਗਾ। ਵੀ ਰੱਬ ਨੂੰ ਡਰਾਉਣ ਵਾਸਤੇ ਕਿਸੇ ਨੇ ਉਈ ਘੜ ਕੇ ਤਾਂ ਨਹੀਂ ਰੱਖ ਦਿੱਤਾ, ਬਣਾਤਾ। ਤਾਂ ਗੁਰੂ ਜੀ ਨੇ ਉਹਦਾ ਜਵਾਬ ਦਿੱਤਾ ਵੀ ਸਤਨਾਮ। ਸਤਨਾਮ ਦਾ ਮਤਲਬ ਕਿ ਉਹ ਸੱਚਾਈ ਵਾਲਾ ਹੈ, ਹੋਂਦ ਵਾਲਾ ਹੈ ਅਤੇ ਐਗਜ਼ਿਸਟ ਕਰਦਾ ਹੈ, ਮੌਜੂਦ ਹੈ। ਉਹ ਕੇਵਲ ਬਣਾਇਆ ਹੋਇਆ ਨਹੀਂ ਹੈ, ਕੇਵਲ ਧਾਰਨਾ ਨਹੀਂ ਹੈ। ਪਰਮਾਤਮਾ ਕੋਈ ਕਨਸੈਪਟ ਨਹੀਂ ਹੈ, ਸਿਧਾਂਤ ਨਹੀਂ ਹੈ। ਰੱਬ ਕੋਈ ਮਨੋਕਲਪਤ ਨਹੀਂ ਹੈ, ਰੱਬ ਕੋਈ ਧਾਰਨਾ ਬਣਾਈ ਹੋਈ ਨਹੀਂ ਹੈ। ਪਰਮਾਤਮਾ ਸੱਚਮੁੱਚ ਹੈ, ਸਤਨਾਮ, ਸਤ ਗੁਰੂ ਹੈ ਉਹ। ਗੁਰ ਦਾ ਅਰਥ ਹੁੰਦਾ ਵੱਡਾ, ਜੋ ਵੱਡਾ ਹੈ, ਗੁਰਾਂ ਗੁਰ। ਜਿਵੇਂ ਆਪਾਂ ਜੀ ਸੋਹਿਲਾ ਸਾਹਿਬ ਬਾਣੀ ਦਾ ਪਾਠ ਕਰਦੇ ਹਾਂ, ਉਹਦੇ ਵਿੱਚ ਸ਼ਬਦ ਆਉਂਦਾ ਹੈ ਗੁਰ ਗੁਰ ਏਕੋ ਵੇਸ ਅਨੇਕ। ਉੱਥੇ ਗੁਰਾਂ ਗੁਰ ਇੱਕੋ ਜੋ ਹੈ ਉਹ ਇੱਕ ਪਰਮੇਸ਼ਰ ਦਾ ਨਾਮ ਆ। ਸੋ ਸੱਤ ਹੈ, ਸੱਤ ਗੁਰੇ ਨਮੈ, ਉਸ ਅਕਾਲ ਪੁਰਖ ਨੂੰ ਜੋ ਸੱਤ ਸਰੂਪ ਹੈ ਉਸ ਨੂੰ ਮੇਰੀ ਨਮਸਕਾਰ ਹੈ। ਸ੍ਰੀ ਗੁਰਦੇਵ ਨਮਹਿ, ਸ੍ਰੀ ਗੁਰਦੇਵ ਨਮਹਿ। ਸ੍ਰੀ ਦਾ ਅਰਥ ਹੁੰਦਾ ਹੈ ਮਾਇਆ, ਜੋ ਮਾਇਆ ਦਾ ਮਾਲਕ ਹੈ, ਸਾਰੀ ਸ੍ਰਿਸ਼ਟੀ ਦੀ ਕੁੱਲ ਕੁਦਰਤ ਕਾਇਨਾਤ ਦਾ ਮਾਲਕ ਹੈ। ਗੁਰੂਦੇਵ ਹੈ ਸਾਡੇ ਗੁਰੂ ਨਾਨਕ ਪਾਤਸ਼ਾਹ ਜੀ ਵਾਸਤੇ ਵੀ ਭਾਈ ਗੁਰਦਾਸ ਜੀ ਨੇ ਸ਼ਬਦ ਵਰਤਿਆ ਹੈ ਗੁਰੂਦੇਵ, ਨਮਸਕਾਰ ਗੁਰਦੇਵ ਕਹੋ। ਸਤਨਾਮ ਜਿਸ ਮੰਤਰ ਸੁਣਾਇਆ, ਜਿਨ੍ਹਾਂ ਨੇ ਸਾਨੂੰ ਸਤਨਾਮ ਨਾਲ ਜੋੜਿਆ ਹੈ, ਅਕਾਲ ਪੁਰਖ ਦੇ ਨਾਮ ਨਾਲ ਜੋੜਿਆ, ਉਹ ਗੁਰੂਦੇਵ ਨੂੰ ਸਾਡੀ ਨਮਸਕਾਰ ਹੈ। ਸਾਰੇ ਸ਼ਬਦ ਦਾ ਸਮੁੱਚਾ ਭਾਵ ਕੀ ਹੈ, ਅਕਾਲ ਪੁਰਖ ਆਦਿ ਜੁਗਾਦ ਤੋਂ ਹੈ ਅਤੇ ਗੁਰੂ ਉਸੇ ਦੀ ਜੋਤ ਹੈ, ਉਸੇ ਦੀ ਅੰਸ਼ ਹੈ। ਇਸ ਕਰਕੇ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਵੀ ਜਨਮ ਮਰਨ ਤੋਂ ਪਰੇ ਹੈ ਅਤੇ ਉਹ ਵੀ ਆਦਿ ਜੁਗਾਦ ਤੋਂ ਹੀ ਹੈ। ਦੂਸਰਾ, ਜੋ ਸੰਪਰਦਾਇ ਟੀਕੇ ਦੇ ਵਿੱਚ, ਫਰੀਦਕੋਟੀ ਟੀਕੇ ਵਿੱਚ ਅਰਥ ਹਨ, ਉੱਥੇ ਆਦਿ ਗੁਰੂ ਗੁਰੂ ਨਾਨਕ ਸਾਹਿਬ, ਜੁਗਾਦ ਗੁਰੂ ਅੰਗਦ ਸਾਹਿਬ, ਇਸੇ ਤਰ੍ਹਾਂ ਹੀ ਸਤਿਗੁਰੇ ਨਮਹਿ ਗੁਰੂ ਅਮਰਦਾਸ ਜੀ ਵਾਸਤੇ ਅਤੇ ਸ੍ਰੀ ਗੁਰਦੇਵ ਹੈ ਨਮਹਿ ਗੁਰੂ ਰਾਮਦਾਸ ਜੀ ਵਾਸਤੇ ਧੰਨ ਗੁਰੂ ਅਰਜਨ ਦੇਵ ਜੀ ਵੱਲੋਂ ਅਰਥ ਕੀਤੇ ਗਏ ਨੇ ਫਰੀਦਕੋਟੀ ਟੀਕੇ ਦੇ ਵਿੱਚ, ਕਿ ਗੁਰੂ ਪਾਤਸ਼ਾਹ ਜੀ ਨੇ ਆਪਣੇ ਤੋਂ ਪਹਿਲੇ ਚਾਰ ਸਤਿਗੁਰਾਂ ਨੂੰ ਨਮਸਕਾਰ ਕੀਤੀ ਹੈ। ਚਾਰ ਵੀ ਵੱਖ ਨਹੀਂ, ਅਸੀਂ ਮੰਨਦੇ ਹਾਂ ਕਿ ਸਾਰੇ ਇੱਕ ਰੂਪ ਹਨ। ਨਾਨਕ ਸੋ ਅੰਗਦ ਗੁਰਦੇਵ ਨਾ, ਸੋ ਅਮਰਦਾਸ ਹਰ ਸੇਵਨਾ, ਸੋ ਰਾਮਦਾਸ ਸੋ ਅਰਜਨਾ, ਸੋ ਹਰਗੋਬਿੰਦ ਹਰ ਪਰਸਨਾ। ਸਾਰੇ ਗੁਰੂ ਇੱਕ ਜੋਤ ਹਨ, ਇਸ ਲਈ ਗੁਰੂ ਦੇ ਆਦਿ ਸਰੂਪ ਨੂੰ, ਆਦਿ ਜੁਗਾਦੀ ਸਰੂਪ ਨੂੰ, ਸੱਤ ਸਰੂਪ ਨੂੰ ਅਤੇ ਸਾਰੇ ਕਹਿ ਲਓ ਕਿ ਪ੍ਰਤੱਖ ਸਰੀਰਕ ਰੂਪ ਵਾਲੇ ਹੋਂਦ ਵਾਲੇ ਸਾਰੇ ਸਰੂਪਾਂ ਨੂੰ ਗੁਰੂ ਪਾਤਸ਼ਾਹ ਜੀ ਮਹਾਰਾਜ ਨਮਸਕਾਰ ਕਰਦੇ ਹਨ। ਪਰਮਾਤਮਾ ਨੂੰ ਅਸੀਂ ਨਹੀਂ ਵੇਖਿਆ, ਅਸੀਂ ਗੁਰੂ ਨੂੰ ਵੇਖਿਆ। ਗੁਰੂ ਸਾਡੇ ਸਾਹਮਣੇ ਹੈ, ਜਿਵੇਂ ਮਾਂ ਬੱਚੇ ਨੂੰ ਖਾਣਾ ਖਿਲਾਉਂਦੀ ਹੈ ਅਤੇ ਮਾਂ ਹੀ ਦੱਸਦੀ ਹੈ ਕਿ ਬੇਟਾ ਤੇਰਾ ਪਿਤਾ ਹੈ ਦੂਰ ਦੇਸਾਂ ਪ੍ਰਦੇਸਾਂ ਵਿੱਚ ਕਮਾਈ ਕਰਨ ਗਿਆ ਹੈ। ਬੱਚੇ ਨੇ ਬਾਪ ਨੂੰ ਨਹੀਂ ਵੀ ਵੇਖਿਆ ਤਾਂ ਉਦੋਂ ਆਪਣੀ ਮਾਂ 'ਤੇ ਭਰੋਸਾ ਹੈ ਅਤੇ ਮਾਂ ਦੇ ਭਰੋਸੇ ਵਿੱਚੋਂ ਉਹ ਪਿਤਾ 'ਤੇ ਯਕੀਨ ਕਰ ਸਕਦਾ ਵੀ ਹਾਂ ਮੇਰਾ ਕੋਈ ਪਿਤਾ ਹੈ ਜੋ ਦੂਰ ਕਿਸੇ ਦੇਸ਼ ਜਾਂ ਪ੍ਰਦੇਸ਼ ਵਿੱਚ ਹੈ। ਸਾਧ ਸੰਗਤ ਜੀ, ਅਸੀਂ ਪਰਮਾਤਮਾ, ਆਮ ਕੋਈ ਸੰਸਾਰੀ ਬੰਦਾ ਕਹਿ ਵੀ ਦੇਵੇ ਵੀ ਰੱਬ ਤੁਸੀਂ ਵੇਖਿਆ, ਅਸੀਂ ਰੱਬ ਵੇਖਿਆ ਜਾਂ ਨਹੀਂ ਵੇਖਿਆ, ਸਾਨੂੰ ਆਪਣੇ ਗੁਰੂ 'ਤੇ ਭਰੋਸਾ, ਉਹਨੇ ਵੇਖਿਆ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਨਿਰੰਕਾਰ ਹੈ, ਉਹ ਸਦੀਵੀ ਹੋਂਦ ਵਾਲਾ ਹੈ, ਉਹ ਸਤਿ ਨਾਮ ਹੈ,
ਭਾਵ ਸੱਚ ਹੈ, ਐਗਜ਼ਿਸਟ ਕਰਦਾ ਹੈ, ਮੌਜੂਦ ਹੈ, ਉਹ ਕੇਵਲ ਕਪੋਲ ਕਲਪਨਾ ਨਹੀਂ ਹੈ। ਉਹ ਆਦਿ ਜੁਗਾਦ ਤੋਂ ਹੈ। ਆਦਿ ਗੁਰੇ ਨਮਹ, ਜੁਗਾਦ ਗੁਰੇ ਨਮਹ, ਸਤ ਗੁਰੇ ਨਮਹ, ਸ੍ਰੀ ਗੁਰਦੇਵ ਏ ਨਮਹ। ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਮਹਾਰਾਜ ਜੀ ਅਕਾਲ ਪੁਰਖ ਨੂੰ, ਉਹਦੇ ਨਿਰਗੁਣ ਸਰੂਪ ਨੂੰ ਨਮਸਕਾਰ ਕਰਦੇ ਹਨ। ਫਿਰ ਗੁਰੂ ਪਾਤਸ਼ਾਹ ਮਹਾਰਾਜ ਜੀ ਪ੍ਰਤੱਖ ਰੂਪ ਦੇ ਵਿੱਚ, ਜੋ ਗੁਰੂ ਪਾਤਸ਼ਾਹ ਮਹਾਰਾਜ ਸੰਸਾਰਕ ਤੌਰ 'ਤੇ, ਸਰੀਰਕ ਤੌਰ 'ਤੇ ਸਾਡੇ ਵਿੱਚ ਨੇ ਆਏ, ਸਤਿਗੁਰ ਨਾਨਕ ਦੇਵ ਆਪ ਉਪਾਇਆ, ਗੁਰ ਅੰਗਦ ਗੁਰਸਿੱਖ ਬਾਣੇ ਆਇਆ। ਗੁਰੂ ਅੰਗਦ ਦੇਵ ਜੀ ਗੁਰਸਿੱਖ ਬਣ ਕੇ ਆਏ, ਪਰ ਗੁਰੂ ਨਾਨਕ ਸਾਹਿਬ ਜੀ ਗੁਰਸਿੱਖ ਬਣ ਕੇ ਨਹੀਂ, ਉਹ ਗੁਰੂ ਬਣ ਕੇ ਹੀ ਆਏ। ਇਹ ਪੰਕਤੀ ਨੂੰ ਧਿਆਨ ਨਾਲ ਪੜ੍ਹਿਓ, ਸਾਰੀ ਪੌੜੀ ਨੂੰ ਸੁਣਿਓ। ਸਤਿਗੁਰੂ ਨਾਨਕ ਦੇਵ ਆਪ ਉਪਾਇਆ, ਸਤਿਗੁਰੂ ਨਾਨਕ ਦੇਵ ਆਪ ਉਪਾਇਆ, ਗੁਰ ਅੰਗਦ ਗੁਰਸਿੱਖ ਬਾਣੇ ਆਇਆ। ਰਾਮ ਅਮਰਦਾਸ ਗੁਰਸਿੱਖ ਗੁਰ ਸਦਵਾਇਆ, ਰਾਮਦਾਸ ਗੁਰਸਿੱਖ। ਇਹ ਭਾਈ ਗੁਰਦਾਸ ਜੀ ਨੇ ਆਪਣੀ ਵਾਰਾਂ ਦੇ ਵਿੱਚ ਲਿਖਿਆ ਹੈ, ਗੁਰ ਅਰਜਨ ਗੁਰਸਿੱਖ ਪ੍ਰਗਟੀ ਆਇਆ, ਗੁਰਸਿੱਖ ਹਰਗੋਬਿੰਦ ਨਾ ਲੁਕੈ ਲੁਕਾਇਆ। ਬਾਕੀ ਸਾਰੇ ਗੁਰੂ ਸਿੱਖ ਰੂਪ ਹੋ ਕੇ ਆਏ, ਫਿਰ ਗੁਰੂ ਪਦਵੀ 'ਤੇ ਪਹੁੰਚੇ, ਔਰ ਗੁਰੂ ਨਾਨਕ ਸਾਹਿਬ ਨੇ ਹੀ ਆਪਣੀ ਜੋਤ ਉਹਨਾਂ ਵਿੱਚ ਟਿਕਾਈ। ਪਰ ਗੁਰੂ ਨਾਨਕ ਸਾਹਿਬ ਜੀ ਨੇ, ਉਹਨਾਂ ਨੇ ਕਿਸੇ ਦਾ ਸਿੱਖ ਬਣ ਕੇ ਇਹ ਗੁਰਤਾ ਗੱਦੀ ਪ੍ਰਾਪਤ ਨਹੀਂ ਕੀਤੀ, ਉਹਨਾਂ ਨੇ ਆਪਣੇ ਆਪ ਨੂੰ ਪ੍ਰਗਟ ਕੀਤਾ। ਇਸ ਕਰਕੇ ਉਹ ਆਦਿ ਤੋਂ ਨੇ, ਆਦਿ ਜਿਹੜਾ ਅਸੀਂ ਕਹਿੰਦੇ ਹਾਂ ਕਿ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ। ਸਰੀਰ ਨਾਸਵੰਤ ਹੈ, ਬਣਦਾ ਟਹਿ ਜਾਂਦਾ ਹੈ, ਪਰ ਜਿਹੜੀ ਜੋਤ ਹੈ ਉਹ ਆਦਿ ਜੁਗਾਦ ਤੋਂ ਹੈ। ਉਹਨੂੰ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨਮਸਕਾਰ ਕਰਦੇ ਹਨ। ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਹੈ ਗੁਰੂ, ਗੁਰ ਪਰਮੇਸ਼ਰ ਏਕੋ ਜਾਣ, ਸਾਡੀ ਦੋਨਾਂ ਨੂੰ ਹੀ ਨਮਸਕਾਰ ਹੈ। ਪੰਜਵੇਂ ਪਾਤਸ਼ਾਹ ਜੀ ਦਾ ਇੱਕ ਬਚਨ ਆਉਂਦਾ ਹੈ, ਟਹਿਲ ਮਹਿਲ ਤਾ ਕੋ ਮਿਲੇ ਜਾ ਕੋ ਸਾਧ ਕਿਰਪਾਲ, ਸਾਧੂ ਸੰਗਤ ਤਹੁ ਬਸੈ ਜੋ ਆਪਨ ਹੋਏ ਦਿਆਲ। ਕਹਿੰਦੇ ਨੇ ਕਿ ਪਰਮਾਤਮਾ ਦੇ ਘਰ ਦੀ ਟਹਿਲ ਉਹਨੂੰ ਮਿਲਦੀ ਆ ਜਿਹਦੇ 'ਤੇ ਗੁਰੂ ਦਇਆ ਕਰੇ, ਅਤੇ ਗੁਰੂ ਦੀ ਟਹਿਲ ਸੇਵਾ ਉਹਨੂੰ ਮਿਲਦੀ ਹੈ ਜਿਹਦੇ 'ਤੇ ਪਰਮਾਤਮਾ ਦਇਆ ਕਰੇ। ਰੱਬ ਦੀ ਦਇਆ ਨਾਲ ਗੁਰੂ ਦੀ ਸੇਵਾ ਮਿਲੇਗੀ, ਅਤੇ ਗੁਰੂ ਦੀ ਸੇਵਾ ਨਾਲ, ਦਇਆ ਨਾਲ ਪਰਮਾਤਮਾ ਦੀ ਸੇਵਾ ਟਹਿਲ ਮਿਲੇਗੀ। ਟਹਿਲ ਮਹਿਲ ਤਾਂ ਕੋ ਮਿਲੈ ਜਾ ਕੋ ਸਾਧ ਕਿਰਪਾਲ, ਸਾਧੂ ਸੰਗਤ ਤਉ ਬਸੈ ਜੋ ਆਪਨ ਹੋਏ ਦਿਆਲ। ਪਰਮਾਤਮਾ ਦੀ ਦਇਆ ਤੋਂ ਬਿਨਾਂ ਗੁਰੂ ਨਹੀਂ ਮਿਲਣਾ, ਅਤੇ ਗੁਰੂ ਦੀ ਦਇਆ ਤੋਂ ਬਿਨਾਂ ਪਰਮਾਤਮਾ ਨਹੀਂ ਮਿਲਣਾ। ਘਰ ਅਤੇ ਦਰ ਇਕੱਠੇ ਹੀ ਹੁੰਦੇ ਦੋਵੇਂ, ਸੋ ਦਰ ਸੋ ਘਰ, ਸੋ ਦਰ ਕਿਹਾ ਸੋ ਘਰ ਕਿਹਾ, ਜਿੱਤ ਵੈ ਸਰਬ ਸੰਭਾਲੇ। ਜਿੱਥੇ ਬੈਠਾ ਸਾਰਿਆਂ ਨੂੰ ਸਾਂਭਦਾ, ਉਹ ਦਰ ਕਿਹੋ ਜਿਹਾ, ਉਹ ਘਰ ਕਿਹੋ ਜਿਹਾ। ਜੇ ਘਰ ਜਾਣਾ ਹੋਵੇ, ਲੰਘਣਾ ਤਾਂ ਦਰ 'ਚੋਂ ਹੀ ਪੈਂਦਾ ਨਾ। ਜੇ ਦਰ 'ਚੋਂ ਨਾ ਕੋਈ ਲੰਘੇ, ਤਾਂ ਘਰ 'ਚ ਕੋਈ ਲੰਘਣ ਦਿੰਦਾ? ਕੰਧ ਟੱਪ ਕੇ ਕਿਸੇ ਦੇ ਘਰ ਵੜ ਸਕਦੇ? ਨਹੀਂ। ਵਿਣ ਗੁਰ ਮੁਕਤ ਨਾ ਹੋਵਈ ਜਿਉਂ ਘਰ ਵਿਣ ਬੂਹੇ। ਜਿਵੇਂ ਬੂਹੇ ਤੋਂ, ਦਰਵਾਜ਼ੇ ਤੋਂ ਬਿਨਾਂ ਘਰ ਨਹੀਂ ਆਉਂਦਾ, ਇਵੇਂ ਗੁਰੂ ਤੋਂ ਬਿਨਾਂ ਪਰਮਾਤਮਾ ਨਹੀਂ ਆਉਂਦਾ। ਗੁਰ ਪ੍ਰਸਾਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਅਕਾਲ ਪੁਰਖ ਇੱਕ ਹੈ, ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਉਸ ਸਤਿਗੁਰੂ ਦੇ ਸਰੂਪ ਨੂੰ ਆਪਣੇ ਧਿਆਨ ਵਿੱਚ ਧਰ ਕੇ ਗੁਰੂ ਪਾਤਸ਼ਾਹ ਮਹਾਰਾਜ ਉਸ ਸਤਿਗੁਰੂ ਦੇ ਚਰਨਾਂ ਦੇ ਉੱਤੇ ਨਮਸਕਾਰ ਕਰਦੇ ਹਨ। ਅਸ਼ਟਪਦੀ ਅੱਠ ਪਦਿਆਂ ਦਾ ਸੰਗ੍ਰਹਿ, ਅੱਠ ਪੌੜੀਆਂ ਇਕੱਠੀਆਂ ਜਦੋਂ ਆਉਂਦੀਆਂ ਨੇ ਉਹਨੂੰ ਅਸ਼ਟਪਦੀ ਕਿਹਾ ਜਾਂਦਾ। ਅਸ਼ਟਪਦੀ ਇੱਕ ਇੱਕ ਜੋ ਪਦ ਹੈ, ਇੱਕ ਇੱਕ ਜੋ ਪੌੜੀ ਹੈ, ਉਹਦੇ ਵਿੱਚ ਫਿਰ ਦਸ ਦਸ ਪੰਕਤੀਆਂ ਆਉਂਦੀਆਂ ਹਨ। ਅਸ਼ਟਪਦੀ ਦੀ
ਪਹਿਲੀ ਪੌੜੀ ਦੀ ਪਹਿਲੀ ਪੰਕਤੀ ਹੈ ਸਿਮਰੋ, ਮੈਂ ਸਿਮਰਦਾ ਹਾਂ ਧਿਆਉਂਦਾ ਹਾਂ, ਸਿਮਰੋ ਸਿਮਰ ਸਿਮਰ ਸੁਖ ਪਾਵਾਂ, ਸਿਮਰਦਾ ਹਾਂ ਅਤੇ ਸਿਮਰ ਸਿਮਰ ਕੇ ਸੁਖ ਪਾਉਂਦਾ ਹਾਂ। ਸਿਮਰਨ ਵਿੱਚ ਹੀ ਸੁਖ ਹੈ, ਯਾਦ ਵਿੱਚ ਹੀ ਸੁਖ ਹੈ। ਕਿਸੇ ਨੇ ਕਿਹਾ ਜੀ ਇਕੱਲੇ ਯਾਦ ਆਉਣ ਨਾਲ ਸੁੱਖ ਕਿਵੇਂ ਆ ਜਾਂਦਾ, ਤਾਂ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ ਬੰਦਾ ਬਿਪਤਾ 'ਚ ਫਸਿਆ ਹੋਵੇ ਉਹਨੂੰ ਸਿਰਫ ਯਾਦ ਆ ਜਾਵੇ ਕਿ ਮੇਰੀ ਬਿਪਤਾ ਦਾ ਹੱਲ ਕਰਨ ਜੋਗਾ ਜੋ ਧਨ ਹੈ ਮੇਰੇ ਕੋਲ ਪਿਆ ਹੈ ਮੈਨੂੰ ਮਿਲ ਸਕਦਾ। ਸਿਰਫ ਯਾਦ ਆਉਣ ਨਾਲ ਹੀ ਬੰਦੇ ਦੀ ਸਾਰੀ ਚਿੰਤਾ ਮੁੱਕ ਜਾਂਦੀ ਹੈ, ਹਾਲਾਂਕਿ ਉਹਨੇ ਧਨ ਅਜੇ ਲੱਭਣਾ, ਲਿਆਉਣਾ, ਵਰਤਣਾ, ਆਪਣੀ ਜਾਨ ਛਡਾਉਣੀ ਹੈ। ਸਿਰਫ ਉਹਨੂੰ ਯਾਦ ਆ ਜਾਏ ਕਿ ਮੇਰੀ ਸਮੱਸਿਆ ਦਾ ਸਲਿਊਸ਼ਨ, ਮੇਰੀ ਸਮੱਸਿਆ ਦਾ ਹੱਲ ਜਿਹੜੀ ਗੱਲ ਨਾਲ ਹੋਣਾ ਉਹ ਹੈਗੀ ਹੈ। ਸਿਰਫ ਯਾਦ ਹੀ ਆ ਗਿਆ ਕਿ ਇੰਨੇ ਪੈਸੇ ਤਾਂ ਹੈ ਨੇ ਜਿਹੜੇ ਮੈਂ ਫਲਾਣੇ ਥਾਂ ਰੱਖੇ ਹੋਏ ਨੇ ਜਾਂ ਮੈਨੂੰ ਉੱਥੋਂ ਮਿਲ ਸਕਦੇ, ਸਿਰਫ ਯਾਦ ਆਉਣ ਨਾਲ ਹੀ ਚਿੰਤਾ ਮੁੱਕ ਜਾਂਦੀ ਬੰਦੇ ਦੀ। ਪਰਮਾਤਮਾ ਖੰਡਾਂ ਬ੍ਰਹਿਮੰਡਾਂ ਦਾ ਮਾਲਕ ਹੈ, ਅਸੀਂ ਉਹਦੇ ਪੁੱਤਰ ਹਾਂ, ਉਹਦੀ ਯਾਦ ਹੀ ਆ ਜਾਵੇ ਤਾਂ ਇਨਸਾਨ ਦੀਆਂ ਸਾਰੀਆਂ ਸਮੱਸਿਆਵਾਂ ਖਤਮ ਹੋ ਜਾਂਦੀਆਂ। ਮਹਾਰਾਜ ਕਹਿੰਦੇ ਚੇਤੇ ਵਿੱਚ ਹੀ ਸੁੱਖ ਹੈ, ਚਿੱਤ ਚੇਤੇ ਸੁੱਖ ਹੋਈ, ਚੇਤੇ ਵਿੱਚ ਆ ਜਾਵੇ ਤਾਂ ਸੁੱਖ ਹੀ ਸੁੱਖ ਹੈ। ਮੈਂ ਸਿਮਰਦਾ ਹਾਂ ਅਤੇ ਸਿਮਰ ਸਿਮਰ ਕੇ ਸੁੱਖ ਪਾਉਂਦਾ। ਤੁਸੀਂ ਸੁੱਖ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਸਿਮਰਨ ਕਰੋ, ਸਾਰੇ ਜਾਣੇ ਸਿਮਰੋ, ਜਪੋ ਤਾਂ ਇੱਕੋ ਨਾਮਾ ਅਵਰ ਨਿਰਾਫਲ ਕੰਮ। ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸਿਮਰੋ, ਉਹਨੂੰ ਚੇਤੇ ਕਰੋ, ਚੇਤੋ ਵਾਸ ਦਿਓ ਬਨਵਾਲੀ, ਸਦਾ ਹੀ ਵਾਹਿਗੁਰੂ ਨੂੰ ਚੇਤੇ ਕਰੋ। ਕਦੋਂ ਕਰਾਂਗੇ, ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਣੀ, ਛਿਨ ਛਿਨ ਔਧ ਬਿਹਾਤ ਹੈ ਫੂਟੇ ਘੱਟ ਜਿਉਂ ਪਾਣੀ। ਉਮਰ ਤਾਂ ਤੇਰੀ ਤਿੜਕੇ ਘੜੇ ਦੇ ਪਾਣੀ ਵਾਂਗੂ, ਫੂਟੇ ਘੱਟ ਜਿਉਂ ਪਾਣੀ, ਤਿੜਕੇ ਘੜੇ 'ਚੋਂ ਪਾਣੀ ਜਿਵੇਂ ਰਿਸਦਾ ਜਾਂਦਾ ਉਮਰ ਤੇਰੀ ਮੁੱਕਦੀ ਜਾ ਰਹੀ ਹੈ। ਇਸ ਕਰਕੇ ਅੱਜ ਚੇਤੇ ਕਰ, ਕੱਲ੍ਹ ਨੂੰ ਕਿਉਂ ਕਰਨਾ ਹੈ। ਪਰੋ ਆਜ ਕੈ ਕਾਲ ਜੋ ਉਪਜੋ ਸੋ ਬਿਨਸ ਹੈ, ਪਰੋ ਆਜ ਕੈ ਕਾਲ, ਪਤਾ ਨਹੀਂ ਅੱਜ ਜਾਂ ਕੱਲ੍ਹ ਕਿਹੜੇ ਵੇਲੇ ਸਰੀਰ ਦਾ ਜਿਹੜਾ ਭਾਂਡਾ ਹੈ ਇਹ ਠੀਕਰ ਹੈ, ਇਹਨੇ ਟੁੱਟ ਜਾਣਾ। ਜਾਂ ਭੱਜਿਆ ਤਾਂ ਠੀਕਰ ਹੋਵੇ, ਘਾੜਤ ਘੜੀ ਨਾ ਜਾਏ, ਮੁੜ ਕੇ ਤਾਂ ਇਹਨੇ ਜੁੜਨਾ ਨਹੀਂ। ਜਿੰਨਾ ਚਿਰ ਦੇ ਵਿੱਚ ਬੈਠੇ ਹਾਂ, ਜਬ ਲੱਗ ਦੁਨੀਆਂ ਰਹੀ ਹੈ, ਨਾਨਕ ਕਿਛ ਸੁਣੀ ਹੈ ਕਿਛ ਕਹੀ ਹੈ। ਰੱਬ ਦੇ ਘਰ ਦੀ ਗੱਲ ਕੋਈ ਕਹਿ ਲਈਏ ਅਤੇ ਕੋਈ ਸੁਣ ਲਈਏ, ਆਪਣੇ ਮਨ ਨੂੰ ਸਿਮਰਨ ਦੇ ਵਿੱਚ ਲਾਈਏ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਮੈਂ ਸਿਮਰਦਾ ਹਾਂ ਅਤੇ ਸਿਮਰ ਸਿਮਰ ਕੇ ਇਸੇ ਵਿੱਚੋਂ ਹੀ ਪਰਮ ਸੁਖ ਨੂੰ ਪ੍ਰਾਪਤ ਕਰਦਾ ਹਾਂ। ਕਲ ਕਲੇਸ਼ ਕਲ ਮਾਹੇ ਮਿਟਾਵੋ, ਇਸ ਸਿਮਰਨ ਦੀ, ਸਮਰਨ ਦੀ, ਯਾਦ ਦੀ ਬਰਕਤ ਦੇ ਨਾਲ ਆਪਣੇ ਤਨ ਵਿੱਚ ਜਿੰਨੀਆਂ ਵੀ ਵਿਆਧੀਆਂ ਪੈਦਾ ਹੁੰਦੀਆਂ ਨੇ, ਕਲ ਕਲੇਸ਼, ਕਲਯੁੱਗ ਦੇ ਕਲੇਸ਼, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀਆਂ ਜਿੰਨੀਆਂ ਬਿਪਤਾ ਆਉਂਦੀਆਂ ਨੇ, ਉਹ ਸਾਰੇ ਕਲੇਸ਼ ਨੂੰ ਮੈਂ ਆਪਦੇ ਤਨ ਵਿੱਚੋਂ ਮਿਟਾ ਲੈਂਦਾ ਹਾਂ। ਨਾਮ ਜਪ ਕੇ ਇਨਸਾਨ ਦੇ ਬਹੁਤ ਦੁੱਖ ਜਿਹੜੇ ਹਨ ਪਲਾਂ ਛਿਨਾਂ ਦੇ ਵਿੱਚ ਹੀ ਮਿਟ ਜਾਂਦੇ ਹਨ। ਨਾਮ ਜਪਿਆਂ ਹੀ ਦੁੱਖ ਦੂਰ ਹੁੰਦੇ ਨੇ। ਸਤਿਗੁਰੂ ਕਹਿੰਦੇ ਜੇ ਕੋ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਹਿਰਦੈ ਸਦ ਗਾਵੇ। ਆਪਣੇ ਮਨ ਵਿੱਚ ਵਾਹਿਗੁਰੂ ਦੀ ਸਿਫਤ ਗਾਉਣੀ ਆਰੰਭ ਕਰ। ਨਾਮ ਨੂੰ ਗਾਉਂਦਿਆਂ ਗਾਉਂਦਿਆਂ, ਸਿਫਤ ਗਾਉਂਦਿਆਂ ਗਾਉਂਦਿਆਂ ਪਤਾ ਹੀ ਨਹੀਂ ਲੱਗਣਾ ਕਿਹੜੇ ਵੇਲੇ ਸਾਰੇ ਦੁੱਖ ਗਾਇਬ ਹੋ ਜਾਣਗੇ। ਗੁਰੂ ਪਾਤਸ਼ਾਹ ਜੀ ਫਰਮਾਉਂਦੇ ਨੇ ਸਿਮਰਦਾ ਹਾਂ ਸਿਮਰ ਸਿਮਰ ਕੇ ਸੁੱਖ ਪਾਉਂਦਾ ਹਾਂ, ਕੱਲ ਕਲੇਸ਼ ਆਪਣੇ ਤਨ ਦੇ ਵਿੱਚੋਂ ਸਾਰੇ ਦੇ ਸਾਰੇ ਮੈਂ ਇਸ ਤਰ੍ਹਾਂ ਮਿਟਾ ਲੈਂਦਾ ਹਾਂ। ਸਿਮਰੋ ਜਾਸ ਦਿਸੁੰ ਭਰ ਇਕੈ, ਸਿਮਰਦਾ ਕਿਸ ਨੂੰ? ਹਾਂ ਇਹ ਵੀ ਜ਼ਰੂਰੀ ਹੈ, ਸਿਮਰਨ ਤਾਂ ਕਰਨਾ ਪਰ ਕਿਹਦਾ ਕਰਨਾ? ਸਿਮਰਾਂ ਕਿਹਨੂੰ? ਸਿਮਰੋ ਜਾਸ
ਵਿਸੰਬਰ ਵਿਸੰਭਰ ਸਾਰੇ ਵਿਸ਼ਵ ਦਾ ਜੋ ਢਿੱਡ ਭਰਦਾ ਹੈ, ਸਾਰੀ ਦੁਨੀਆ ਨੂੰ ਜੋ ਰਿਜ਼ਕ ਦਿੰਦਾ ਹੈ, ਸਾਰੀ ਦੁਨੀਆ ਜਿਹਦੇ ਸਿਰੋਂ ਖਾ ਰਹੀ ਹੈ, ਮੈਨੂੰ ਲੱਗਦਾ ਵੀ ਮੇਰਾ ਟੱਬਰ ਮੇਰੇ ਸਿਰੋਂ ਰੋਟੀ ਖਾਂਦਾ, ਪਰ ਮਹਾਰਾਜ ਕਹਿੰਦੇ ਨਹੀਂ, ਸਿਰ ਸਿਰ ਰਿਜ਼ਕ ਸੰਭਾਹੇ ਠਾਕੁਰ। ਰੱਬ ਰੋਟੀ ਦਿੰਦਾ ਸਾਰਿਆਂ ਨੂੰ, ਮਾਂ ਬਾਪ ਵੀ ਸਾਡੇ ਸਿਰੋਂ ਨਹੀਂ ਖਾਂਦੇ, ਜਨਨ ਪਿਤਾ ਲੋਕ ਸੁੱਤ ਬਨਤਾ ਕੋਈ ਨਾ ਕਿਸ ਕੀ ਧਰਿਆ, ਸਿਰ ਸਿਰ ਰਿਜ਼ਕ ਸੰਭਾਹੇ ਠਾਕੁਰ। ਰੱਬ ਰੋਟੀ ਦਿੰਦਾ, ਅਸੀਂ ਕੌਣ ਹੁੰਦੇ ਹਾਂ ਮਾਂ ਬਾਪ ਨੂੰ ਰੋਟੀ ਖਵਾਉਣ ਵਾਲੇ, ਅਸੀਂ ਕੌਣ ਆਪਣੇ ਬੱਚਿਆਂ ਨੂੰ ਰੋਟੀ ਖਵਾਉਣ ਵਾਲੇ, ਰੋਟੀ ਵਾਹਿਗੁਰੂ ਖਵਾ ਰਿਹਾ, ਜਨਨੀ ਹੈ, ਪਿਤਾ ਆ, ਬੱਚੇ ਨੇ, ਘਰ ਵਾਲੀ ਹੈ, ਇਹ ਸਾਰੇ ਆ ਉਹਦੇ ਸਿਰੋਂ ਖਾ ਰਹੇ ਨੇ, ਵਾਹਿਗੁਰੂ ਦੇ ਘਰੋਂ ਖਾ ਰਹੇ ਨੇ, ਮੇਰੇ ਕੋਲੋਂ ਕੁਛ ਵੀ ਨਹੀਂ ਖਾ ਰਹੇ। ਜਨਨ ਪਿਤਾ ਲੋਕ ਸੁੱਤ ਬਨਤਾ ਕੋਈ ਨਾ ਕਿਸ ਕੀ ਧਰਿਆ, ਇਹ ਕੋਈ ਕਿਸੇ ਦਾ ਨਹੀਂ ਖਾ ਰਿਹਾ, ਸਿਰ ਸਿਰ ਰਿਜ਼ਕ ਸੰਭਾਹੇ ਠਾਕੁਰ, ਕਾਹੇ ਮਨ ਭਉ ਕਰਿਆ, ਐਵੇਂ ਡਰਿਆ ਨਾ ਕਰ, ਰੋਟੀ ਰੱਬ ਨੇ ਦੇਣੀ ਹੈ। ਵਿਸੰਬਰ ਉਹ ਸਾਰੇ ਸੰਸਾਰ ਦਾ ਵਿਸ਼ਵ ਦਾ ਢਿੱਡ ਭਰਦਾ ਹੈ, ਉਹਦਾ ਜਸ ਕਰੀਏ, ਉਹਦਾ ਸਿਮਰਨ ਕਰੀਏ, ਸਿਮਰੋਂ ਜਾਸ ਵਿਸੰਬਰ ਇੱਕ ਹੈ, ਸਾਰੇ ਵਿਸ਼ਵ ਦੀ ਪਾਲਣਾ ਕਰਨ ਵਾਲੇ ਇੱਕ ਅਕਾਲ ਪੁਰਖ ਦਾ ਸਿਮਰਨ ਕਰੋ। ਨਾਮ ਜਪਤ ਅਗਣਿਤ ਅਨੇਕਾ, ਅਸੀਂ ਉਹਦਾ ਸਿਮਰਨ ਇਕੱਲੇ ਨਹੀਂ ਕਰ ਰਹੇ, ਉਹਨੂੰ ਅਣਕ ਅਗਣਿਤ ਅਨੇਕਾ, ਅਣਗਿਣਤ ਅਨੇਕਾਂ ਹੀ ਬੇਅੰਤ ਬੇਅੰਤ ਮਨੁੱਖ ਜੀਵ ਜੰਤੂ ਸਾਰੇ ਹੀ ਉਹਨੂੰ ਧਿਆਉਂਦੇ ਨੇ, ਸਾਰੇ ਹੀ ਉਹਨੂੰ ਚੇਤੇ ਕਰਦੇ ਨੇ ਕਿਸੇ ਨਾ ਕਿਸੇ ਢੰਗ ਨਾਲ, ਕੋਈ ਕਿਵੇਂ ਕੋਈ ਕਿਵੇਂ। ਮਹਾਰਾਜ ਕਹਿੰਦੇ ਹਨ ਜੇ ਇਨਸਾਨ ਸੋਚੇ ਤਾਂ ਉਹਨੂੰ ਇਹ ਚਿੜੀਆਂ ਜਨੌਰ ਬੋਲਦੇ ਰੱਬ ਦਾ ਸਿਮਰਨ ਕਰਦੇ ਲੱਗਣਗੇ। ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ, ਇਹ ਰੱਬ ਦੇ ਨਾਮ ਤੋਂ ਬਿਨਾਂ ਹੋਰ ਕੁਝ ਨਹੀਂ ਜਪ ਰਹੇ, ਇਹ ਵੀ ਉਹਦਾ ਹੀ ਨਾਮ ਉਹਦਾ ਹੀ ਜਸ ਕਰ ਰਹੇ ਹਨ। ਇੱਕ ਸਮਾਂ ਆਏਗਾ ਜੇ ਤਾਂ ਕੀਤਾ ਤੇ ਤਾਂ ਨਾ, ਆ ਜਿੰਨਾ ਕੁਝ ਰੱਬ ਨੇ ਬਣਾ ਤਾ ਸਾਰਾ ਹੀ ਉਹਦਾ ਨਾਮ ਆ। ਇੱਕ ਕੀੜੀ ਆਪਣੇ ਤੋਂ 10 ਗੁਣਾ ਵੱਧ ਭਾਰ ਚੁੱਕ ਲੈਂਦੀ ਹੈ, ਕੰਧ 'ਤੇ ਚੜ੍ਹ ਜਾਂਦੀ ਹੈ, ਉਹਨੂੰ ਇੰਨੀ ਤਾਕਤ ਕਿਹਨੇ ਦਿੱਤੀ ਹੈ। ਜੇ ਤਾਂ ਕੀਤਾ ਤੇ ਤਾਂ ਨਾ, ਜਿੰਨਾ ਕੁਝ ਵਾਹਿਗੁਰੂ ਨੇ ਪੈਦਾ ਕੀਤਾ ਉਹ ਹਰ ਗੱਲ ਹਰ ਘਟਨਾ ਉਹਨੂੰ ਵਿਗਿਆਨ ਨਾਲ ਸਮਝ ਲਓ ਚਾਹੇ ਆਪਣੇ ਅਨੁਭਵ ਨਾਲ ਸਮਝ ਲਓ, ਹਰ ਗੱਲ ਜਿਹੜੀ ਹੈ ਪਰਮਾਤਮਾ ਦਾ ਨਾਮ ਪ੍ਰਗਟ ਕਰ ਰਹੀ ਹੈ। ਜੇ ਤਾਂ ਕੀਤਾ ਤੇ ਤਾਂ ਨਾ, ਵਿਣ ਨਾਮ ਹੈ ਨਾ ਹੀ ਕੋ ਥਾਂ, ਇਹੋ ਜਿਹਾ ਕੋਈ ਥਾਂ ਨਹੀਂ ਜਿੱਥੇ ਰੱਬ ਦਾ ਨਾਮ ਨਹੀਂ ਹੈ। ਵਾਹਿਗੁਰੂ ਦੇ ਨਾਮ ਨੂੰ, ਉਹਦੇ ਜਸ ਨੂੰ, ਉਹਦੀ ਵਡਿਆਈ ਨੂੰ ਮਹਿਸੂਸ ਕਰਨਾ ਹੈ ਤਾਂ ਇੱਥੋਂ ਤੱਕ ਕਿ ਬੁਰਾਈ 'ਚੋਂ ਵੀ ਕੀਤਾ ਜਾ ਸਕਦਾ ਹੈ। ਅਸੰਖ ਮੂਰਖੰਧ ਖੋਰ, ਅਸੰਖ ਚੋਰ ਹਰਾਮ ਖੋਰ, ਇਹਦੇ ਵਿੱਚੋਂ ਵੀ ਉਸ ਵਾਹਿਗੁਰੂ ਦੇ ਜਸ ਨੂੰ ਮਹਿਸੂਸ ਕੀਤਾ ਜਾ ਸਕਦਾ ਕਿ ਮਾਲਕਾ ਤੇਰੀ ਕਿੱਡੀ ਵੱਡੀ ਕੁਦਰਤ ਹੈ, ਤੂੰ ਮਤ ਬੁੱਧ ਦੇ ਦੇਵੇਂ ਤਾਂ ਇਨਸਾਨ ਕੀ ਬਣ ਜਾਂਦਾ ਹੈ, ਤੂੰ ਮਤ ਬੁੱਧ ਖੋਹ ਲਵੇਂ ਤਾਂ ਬੰਦਾ ਕੀ ਬਣ ਜਾਂਦਾ। ਹਰ ਗੱਲ 'ਚੋਂ ਉਹਦਾ ਨਾਮ ਪ੍ਰਗਟ ਹੁੰਦਾ। ਸਿਮਰੋਂ ਜਾਸ ਵਿਸੰਬਰ ਇੱਕ ਹੈ, ਨਾਮ ਜਪਤ ਅਗਣਿਤ ਅਨੇਕ ਹੈ, ਅਣਗਿਣਤ ਅਨੇਕਾਂ ਹੀ ਉਸਦਾ ਨਾਮ ਜਪ ਰਹੇ ਹਨ। ਵੇਦ ਪੁਰਾਣ ਸਿਮ੍ਰਿਤ ਸੁਧਾਖਿਅਰ, ਨਾਮ ਜਪ ਕੇ ਆਪਣੇ ਸਮੇਂ ਨੂੰ ਸਫਲਾ ਕਰਨ ਦੀ ਬਜਾਏ ਜੇ ਤੂੰ ਵੇਦਾਂ ਪੁਰਾਣਾਂ ਦੇ ਅਧਿਐਨ 'ਚ ਪੈ ਜਾਵੇਂਗਾ, ਸਿਮਰਤੀਆਂ ਸ਼ਾਸਤਰਾਂ ਦੀ ਕਥਾ 'ਚ ਪੈ ਜਾਵੇਂਗਾ, ਜੇ ਤੂੰ ਗਿਆਨ ਦੀ ਚੁੰਝ ਚਰਚਾ 'ਚ ਪੈ ਜਾਵੇਂਗਾ ਤਾਂ ਭੁੱਲ ਜਾਵੇਂਗਾ ਤੇਰੀ ਜ਼ਿੰਦਗੀ ਦਾ ਮਕਸਦ ਕੀ ਹੈ। ਸਾਰਿਆਂ ਗ੍ਰੰਥਾਂ ਦਾ ਇੱਕੋ ਹੀ ਨਿਚੋੜ ਕੱਢ ਕੇ ਸਾਹਮਣੇ ਰੱਖ ਦਿੰਦੇ ਹਾਂ, ਇੱਕੋ ਸ਼ੁੱਧ ਅੱਖਰ ਸ਼ੁੱਧ ਅੱਖਰ ਸ਼ੁੱਧ ਅਕਸ਼ਰ ਇੱਕੋ ਹੀ ਕਹਿ ਲਓ, ਸੋਧਿਆ ਹੋਇਆ ਪ੍ਰਮਾਣਿਕ ਜਿਹੜੀ ਗੱਲ ਹੈ। ਸਾਰਿਆਂ ਵੇਦਾਂ ਪੁਰਾਣਾ ਸ਼ਾਸਤਰਾਂ ਦਾ ਜੇ ਨਿਚੋੜ ਕੱਢ ਲਈਏ ਤਾਂ ਵਿੱਚੋਂ ਕੰਮ ਦੀ ਗੱਲ ਇੱਕੋ ਹੀ ਨਿਕਲੇਗੀ ਕਿ ਰੱਬ ਦਾ ਨਾਮ ਜਪੋ, ਬਾਕੀ ਸਭ ਕੁਝ ਨਾਸਵੰਤ ਹੈ, ਬਾਕੀ ਸਭ ਕਾਲ ਦੇ ਅਧੀਨ ਹੈ। ਅਕਾਲ ਦੇ ਪਰਮੇਸ਼ਰ ਦੇ ਨਾਮ ਦੇ ਅੱਖਰ ਤੋਂ ਬਿਨਾਂ ਹੋਰ ਕੁਝ ਵੀ ਸਰਮੌਰ ਨਹੀਂ ਹੈ, ਸਰਵੋਤਮ ਨਹੀਂ ਹੈ।
ਵੇਦ ਪੁਰਾਣ ਸਿਮਰਤ ਸੋਦਾਖਰ, ਸਾਰਿਆਂ ਵੇਦਾਂ ਪੁਰਾਣਾਂ ਨੂੰ ਸੋਧ ਕੇ ਵੇਖ ਲਓ, ਪਰਖ ਕੇ ਵੇਖ ਲਓ, ਸਮਝ ਕੇ ਵੇਖ ਲਓ, ਪੜ੍ਹ ਕੇ ਵੇਖ ਲਓ। ਅਖੀਰ 'ਤੇ ਗੱਲ ਇੱਥੇ ਨਿਬੜਨੀ ਹੈ ਕਿ ਇੱਕ ਰੱਬ ਦੇ ਨਾਮ ਦਾ ਅੱਖਰ ਹੀ ਹੈ, ਉਹ ਚਿੱਤ 'ਚ ਵਸਾ ਲਓ। ਵੇਦ ਪੁਰਾਣ ਸਿਮਰਤ ਸੁਦਾਖਰ, ਇਹ ਸਾਰੇ ਗ੍ਰੰਥਾਂ ਦੇ ਅਧਿਐਨ ਦਾ ਨਿਚੋੜ ਹੈ। ਗ੍ਰੰਥਾਂ ਦਾ ਅਧਿਐਨ ਕਰਦਿਆਂ ਸਾਰੀ ਉਮਰ ਲੱਗ ਜਾਣੀ ਹੈ, ਰੱਬ ਦੇ ਨਾਮ ਦੀ ਸਮਝ ਸਾਰੀ ਉਮਰ ਗਵਾ ਕੇ ਲਵਾਂਗੇ ਤਾਂ ਫਿਰ ਜਪਾਂਗੇ ਕਦੋਂ? ਮਹਾਰਾਜ ਕਹਿੰਦੇ ਨੇ ਸਾਰੇ ਗ੍ਰੰਥਾਂ ਦਾ ਨਿਚੋੜ ਇੱਕੋ ਸ਼ੁੱਧ ਅੱਖਰ ਰੱਬ ਦੇ ਨਾਮ ਦਾ ਹੈ, ਪਰਮੇਸ਼ੁਰ ਦੇ ਨਾਮ ਦਾ ਹੈ। ਵੇਦ ਪੁਰਾਣ ਸਿਮਰਤ ਸੁਦਾਖਰ, ਇਹੀ ਸਾਡੇ ਚਿੱਤ ਵਿੱਚ ਵਸਣਾ ਚਾਹੀਦਾ ਹੈ। ਇਹ ਨਾਮ ਦਾ ਅੱਖਰ ਇਸੇ ਨੂੰ ਆਪਣੇ ਹਿਰਦੇ ਵਿੱਚ ਵਸਾਉਣਾ ਕਰੋ। ਰਾਮ ਨਾਮ ਇੱਕ ਅੱਖਰ, ਇੱਕ ਰੱਬ ਦੇ ਨਾਮ ਦਾ ਅੱਖਰ ਹੀ ਜਿਹੜਾ ਹੈ ਰਾਮ ਨਾਮ, ਪਰਮੇਸ਼ੁਰ ਦਾ ਨਾਮ ਹੀ ਹੈ ਜਿਹੜਾ ਸਾਡੇ ਚਿੱਤ ਵਿੱਚ ਵਸਣ ਦੇ ਯੋਗ ਹੈ। ਬਾਕੀ ਚਿੱਤ ਵਿੱਚੋਂ ਸਾਰੀਆਂ ਗੱਲਾਂ ਭੁਲਾਉਣ ਵਾਲੀਆਂ ਹਨ। ਇੱਕ ਅਕਾਲ ਪੁਰਖ ਦੇ ਨਾਮ ਨੂੰ, ਉਹਦੇ ਜਸ ਨੂੰ, ਉਹਦੀ ਮਹਿਮਾ ਨੂੰ, ਉਹਦੀ ਵਡਿਆਈ ਨੂੰ, ਵਡਿੱਤਣ ਨੂੰ ਆਪਣੇ ਚਿੱਤ ਵਿੱਚ ਲਿਆਉਣਾ ਹੈ। ਇਹੀ ਸਾਰਿਆਂ ਗ੍ਰੰਥਾਂ ਦਾ ਨਿਚੋੜ ਹੈ। ਗ੍ਰੰਥਾਂ ਦੇ ਗੱਡੇ ਲੱਦ ਕੇ ਜਾ ਰਿਹਾ ਸੀ ਭਾਈ ਬ੍ਰਹਮਦਾਸ, ਪੰਡਿਤ ਬ੍ਰਹਮਦਾਸ। ਧੰਨ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਦੀ ਦ੍ਰਿਸ਼ਟੀ ਹੋਈ, ਉਹਨਾਂ ਨੇ ਉਹਦੇ ਪ੍ਰਥਾਏ ਇੱਕ ਸਲੋਕ ਉਚਾਰਿਆ। ਕਹਿੰਦੇ ਪੜ੍ਹ ਪੜ੍ਹ ਗੱਡੀ ਲੱਦੀਆਂ ਹੈ, ਪੜ੍ਹ ਪੜ੍ਹ ਭਰੀਆਂ ਹੈ ਸਾਥ, ਪੜ੍ਹ ਪੜ੍ਹ ਬੇੜੀ ਪਾਈ ਹੈ, ਪੜ੍ਹ ਪੜ੍ਹ ਗੱਡੀਆਂ ਹੈ ਖਾਤ, ਪੜ੍ਹੀਆਂ ਹੈ ਜੇਤੇ ਬਰਸ ਬਰਸ, ਪੜ੍ਹੀਆਂ ਹੈ ਜੇਤੇ ਮਾਸ, ਪੜ੍ਹੀਆ ਜੇਤੀ ਆਰਜਾ, ਪੜ੍ਹੀਆਂ ਜੇਤੇ ਸਾਸ, ਨਾਨਕ ਲੇਖਿਆ ਇੱਕ ਗੱਲ ਹੋਰ ਹਉਮੈਂ ਝੱਕਣਾ ਚਾਕ। ਉਹਦੇ ਕਪਾਟ ਖੁੱਲ੍ਹ ਗਏ, ਉਹਨੂੰ ਸਮਝ ਆ ਗਈ। ਔਰ ਭਾਈ ਬ੍ਰਹਮਦਾਸ ਗੁਰੂ ਕਾ ਸਿੱਖ ਕਸ਼ਮੀਰ ਦੇ ਵਿੱਚ ਮਹਾਰਾਜ ਦੀ ਸਿੱਖੀ ਫੈਲਾਉਣ ਵਾਲਾ ਬਣਿਆ। ਉਹਦਾ ਹੀ ਪੜਪੋਤਰਾ ਸੀ ਭਾਈ ਕਿਰਪਾ ਰਾਮ, ਜੋ ਕਸ਼ਮੀਰੀ ਪੰਡਿਤਾਂ ਨੂੰ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਆਇਆ। ਉਸ ਪਰਿਵਾਰ ਵਿੱਚ ਸਿੱਖੀ ਸੀ ਭਾਈ ਨਰਾਇਣ ਰਾਮ, ਭਾਈ ਅੜੂ ਰਾਮ, ਫਿਰ ਅੱਗੇ ਭਾਈ ਕਿਰਪਾ ਰਾਮ। ਇਹ ਚਾਰ ਪੀੜ੍ਹੀਆਂ ਤੋਂ ਸਿੱਖ ਸਨ। ਗੁਰੂ ਸਾਹਿਬ ਨੇ ਕਿਹਾ ਸਾਰਿਆਂ ਗ੍ਰੰਥਾਂ ਦੇ ਪੜ੍ਹਨ ਤੋਂ ਬਾਅਦ ਜੇ ਰੱਬ ਦਾ ਨਾਮ ਨਹੀਂ ਸਮਝ ਆਇਆ ਤਾਂ ਫਿਰ ਕੀ ਫਾਇਦਾ? ਅਸਲੀ ਜਿਹੜੀ ਸਮਝਣ ਵਾਲੀ ਗੱਲ ਉਹ ਤਾਂ ਇਹੀ ਹੈ ਕਿ ਵੇਦਾਂ ਮੈਂ ਨਾਮ ਉੱਤਮ, ਉਹਨੂੰ ਕਹਿੰਦੇ ਨੇ ਵੀ ਸੋ ਸੁਣਿਆ ਨਾਹੀਂ ਫਿਰ ਜਿਉਂ ਬੇਤਾਲਿਆ। ਲੋਕ ਪਾਗਲਾਂ ਦੀ ਤਰ੍ਹਾਂ ਫਿਰੀ ਜਾਂਦੇ ਨੇ, ਇੰਨੇ ਗ੍ਰੰਥ ਪੜ੍ਹ ਕੇ ਵੀ ਨਾਮ ਜਪਣ ਵੱਲ ਬੰਦੇ ਦੀ ਸੁਰਤ ਨਹੀਂ ਆਉਂਦੀ। ਵੇਦਾਂ ਮੈਂ ਨਾਮ ਉੱਤਮ, ਸੋ ਸੁਣਿਆ ਨਾਹੀਂ ਫਿਰ ਜਿਉਂ ਬੇਤਾਲਿਆ। ਨਾਮ ਵਾਲੀ ਗੱਲ ਨੂੰ ਨਹੀਂ ਸੁਣਦੇ, ਬੇਤਾਲ ਹੋ ਕੇ ਫਿਰੀ ਜਾਂਦੇ ਹਾਂ। ਬੇਤਾਲਿਆ ਫਿਰ ਜਿਉਂ ਬੇਤਾਲਿਆ, ਕਹੇ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ, ਤਿੰਨੀ ਜਨਮ ਜੂਏ ਹਾਰਿਆ। ਇਸ ਕਰਕੇ ਭਾਈ ਵੇਦਾਂ ਪੁਰਾਣਾ ਸਿਮਰਤੀਆਂ ਦਾ ਇੱਕੋ ਹੀ ਨਿਚੋੜ ਕੱਢ ਲਓ ਕਿ ਰੱਬ ਦਾ ਨਾਮ ਹੀ ਜਪਣਾ, ਉਹ ਜਪਣਾ ਹੀ ਪੈਣਾ। ਵੇਦ ਪੁਰਾਣ ਸਿਮਰਤ ਸੁਦਾਖਰ, ਕੀਨੇ ਰਾਮ ਨਾਮ ਇੱਕ ਅੱਖਰ। ਆਖਰ ਖੱਖੇ ਦੇ ਪੈਰ ਵਿੱਚ ਜਾਈਏ ਦੀ ਆਵਾਜ਼ ਹੈ। ਇੱਕ ਅਕਸ਼ਰ ਰੱਬ ਦੇ ਨਾਮ ਦਾ ਇਹੀ ਹੈ, ਔਰ ਇਹੀ ਸਾਨੂੰ ਆਪਣੇ ਹਿਰਦੇ ਵਿੱਚ ਵਸਾਉਣਾ ਚਾਹੀਦਾ ਹੈ। ਕਿਨਕਾ ਏਕ ਜਿਸ ਜੀਵ ਸਾਵੈ, ਵਾਹਿਗੁਰੂ ਆਪਣੇ ਨਾਮ ਦਾ ਕਿਣਕਾ ਮਾਤਰ ਵੀ ਜਿਹਦੇ ਦਿਲ 'ਚ ਵਸਾ ਦੇਵੇ, ਉਹ ਵਸਾਉਣਾ ਤਾਂ ਉਹਨੇ ਆ ਨਾ। ਆਪਣਾ ਤਾਂ ਚਲੋ ਕੀ ਜ਼ੋਰ ਹੈ, ਆਪਾਂ ਬੇਨਤੀਆਂ ਕਰ ਸਕਦੇ ਹਾਂ ਮਹਾਰਾਜ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਆਪਾਂ ਤਾਂ ਮੰਗ ਹੀ ਸਕਦੇ ਹਾਂ। ਇੱਕ ਵਾਰੀ ਮੰਗਿਆ ਨਹੀਂ ਮਿਲੂਗਾ, ਦੋ ਵਾਰੀ ਮੰਗ ਲਵਾਂਗੇ, ਜੇ ਦੋ ਵਾਰੀ ਮੰਗਿਆ ਨਹੀਂ ਮਿਲਦਾ 100 ਵਾਰੀ ਮੰਗ ਲਵਾਂਗੇ, ਆਪਾਂ ਤਾਂ ਮੰਗ ਹੀ ਸਕਦੇ ਹਾਂ। ਵਸਾਉਣਾ ਤਾਂ ਉਹਨੇ ਆ। ਕਿਣਕਾ ਏਕ ਜਿਸ ਜੀਵ ਵਸਾਵੈ, ਕਿਣਕਾ ਮਾਤਰ ਵੀ ਜਿਹਦੇ ਉਹ ਦਿਲ 'ਚ ਵਸਾ ਦੇਵੇ, ਕਿਸੇ ਦੇ ਵੀ ਹਿਰਦੇ 'ਚ ਵਸਾ ਦੇਵੇ। ਨਾਨਕ ਏਵ ਨਾ ਜਾਪਈ ਜੇ ਕਿਸੇ ਆਣੇ ਰਾਸ, ਕਿਸੇ ਦੇ ਵੀ ਹਿਰਦੇ ਵਿੱਚ ਵਾਹਿਗੁਰੂ ਇੱਕ ਕਿਣਕਾ ਮਾਤਰ ਵੀ ਆਪਣਾ ਨਾਮ ਵਸਾ ਦੇਵੇ। ਬਾਕੀ ਮਹਿਮਾ ਗਨੀ ਨਾ ਆਵੇ,
ਉਸ ਨਾਮ ਦੇ ਵਸੇਬੇ ਵਾਲੇ ਜੋ ਮਨੁੱਖ ਦੇ ਮਹਿਮਾ ਹੈ, ਸੋਭਾ ਹੈ, ਉਹ ਗਿਣਤੀ ਵਿੱਚ ਵੀ ਨਹੀਂ ਆ ਸਕਦੀ, ਉਹ ਗਿਣਤੀਆਂ ਤੋਂ ਬਾਹਰ ਹੋ ਜਾਂਦੀ ਹੈ। ਕਾਂਖੀ ਹੁੰਦੀ ਆ ਕਾਂਕਸ਼ਾ, ਇੱਛਾ, ਜਿਨ੍ਹਾਂ ਨੂੰ ਇੱਕੋ ਹੀ ਇੱਛਾ ਬਚੀ ਹੈ, ਦਰਸ ਤੁਹਾਰੋ, ਵੀ ਬਸ ਤੇਰੇ ਦਰਸ਼ਨ ਚਾਹੀਦੇ ਨੇ। ਘਰ, ਮਹਿਲ, ਮਾੜੀਆਂ, ਕੋਠੀਆਂ, ਰਾਜ ਭਾਗ, ਹੁਕਮ ਚਲਾਉਣਾ, ਨੌਕਰ ਚਾਕਰ, ਮੈਨੂੰ ਕੁਛ ਨਹੀਂ ਚਾਹੀਦਾ, ਬਸ ਇੱਕੋ ਹੀ ਇੱਛਾ ਬਚੀ ਹੈ ਵੀ ਤੇਰੇ ਦਰਸ਼ਨ ਕਰਨੇ ਆ। ਕਾਂਖੀ ਇੱਕ ਹੈ ਦਰਸ ਤੁਹਾਰੋ, ਜਿਨ੍ਹਾਂ ਨੂੰ ਸਿਰਫ ਇੱਕ ਤੇਰੇ ਦਰਸ਼ਨਾਂ ਦੀ ਇੱਛਾ ਹੈ। ਨਾਨਕ ਉਨ ਸੰਗ ਮੋਹੇ ਉਧਾਰੋ, ਨਾਨਕ ਉਨ ਸੰਗ ਮੋਹੇ ਉਧਾਰੋ, ਨਾਨਕ ਮੋਹਰ ਛਾਪ ਵਰਤ ਕੇ ਧੰਨ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ, ਹੇ ਅਕਾਲ ਪੁਰਖ ਵਾਹਿਗੁਰੂ, ਜਿਨ੍ਹਾਂ ਨੂੰ ਸਿਰਫ ਤੇਰੇ ਦਰਸ਼ਨਾਂ ਦੀ ਇੱਛਾ ਬਚੀ ਹੈ, ਤੇਰੇ ਦੀਦਾਰ ਦੀ ਤਾਂਘ ਵਿੱਚ ਬੈਠੇ ਜਿਹੜੇ ਤੈਨੂੰ ਯਾਦ ਕਰ ਰਹੇ ਨੇ, ਬਸ ਉਹਨਾਂ ਦੀ ਸੰਗਤ ਵਿੱਚ ਸਾਨੂੰ ਵੀ ਪਹੁੰਚਾ ਦਿਓ, ਉਹਨਾਂ ਦੀ ਸੰਗਤ ਵਿੱਚ ਬਿਠਾ ਕੇ ਸਾਨੂੰ ਵਿਤਾਰ ਦਿਓ। ਨਾਨਕ ਉਨ ਸੰਗ ਮੋਹੇ ਉਧਾਰੋ, ਮੇਰਾ ਵੀ ਉਧਾਰ ਉਹਨਾਂ ਦੀ ਸੰਗਤ ਵਿੱਚ ਕਰ ਦਿਓ, ਜਿਨ੍ਹਾਂ ਨੂੰ ਕੇਵਲ ਕੇਵਲ ਤੁਹਾਡੇ ਦੀਦਾਰ ਦੀ ਤਾਂਘ ਹੈ। ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ, ਸੁਖਾਂ ਦੀ ਮਣੀ ਪ੍ਰਭੂ ਦਾ ਅੰਮ੍ਰਿਤਮਈ ਨਾਮ ਹੈ। ਨਾਮ ਤੋਂ ਉੱਪਰ ਕੋਈ ਵੀ ਐਸਾ ਸਾਧਨ ਨਹੀਂ ਹੈ ਜੋ ਸੁੱਖ ਦੇ ਸਕੇ। ਇਹ ਨਾਮ ਅੰਮ੍ਰਿਤ ਹੈ, ਆਤਮਕ ਮ੍ਰਿਤੂ ਤੋਂ ਬਚਾਉਂਦਾ ਹੈ। ਭਗਤ ਜਨਾ ਕੈ ਮਨ ਵਿਸਰਾਮ, ਇਹ ਸੁੱਖਾਂ ਦੀ ਮਣੀ ਕਿੱਥੋਂ ਮਿਲੇਗੀ, ਇਹਦਾ ਵਿਸਰਾਮ ਕਿੱਥੇ ਹੈ, ਇਹਦਾ ਟਿਕਾਣਾ ਕਿੱਥੇ ਹੈ? ਭਗਤ ਜਨਾ ਕੈ ਮਨ ਵਿਸਰਾਮ, ਇਹਦਾ ਭਗਤ ਜਨਾਂ ਦੇ ਮਨ ਵਿੱਚ ਟਿਕਾਣਾ ਹੈ। ਸੁੱਖਾਂ ਦੀ ਮਣੀ ਵਾਹਿਗੁਰੂ ਦਾ ਨਾਮ ਹੈ, ਨਾਮ ਵਾਹਿਗੁਰੂ ਦੇ ਭਗਤਾਂ ਦੇ ਦਿਲ ਵਿੱਚ ਵੱਸਦਾ ਹੈ। ਭਗਤ ਸਾਹਿਬਾਨ ਦੀ, ਰੱਬ ਦੇ ਪਿਆਰਿਆਂ ਦੀ ਬਾਣੀ ਸਿਫਤ ਤੋਂ ਸਲਾਹ ਜਿਹੜੀ ਹੈ ਉਹਨੂੰ ਪੜ੍ਹੀਏ, ਵਿਚਾਰੀਏ, ਸੰਗਤ ਵਿੱਚ ਜਾਈਏ, ਇਹ ਸਤਿਗੁਰਾਂ ਦਾ ਉਪਦੇਸ਼ ਹੈ। ਸੁੱਖਾਂ ਦੀ ਮਣੀ ਤੁਹਾਡੇ ਕੋਲ ਹੈ, ਸਾਰੇ ਹੀ ਸੁੱਖ ਮਿਲਣਗੇ, ਸਾਰੇ ਹੀ ਦੁੱਖ ਮੁੱਕਣਗੇ, ਪਰ ਇਸ ਸੁੱਖਾਂ ਦੀ ਮਣੀ ਨੂੰ ਉੱਥੋਂ ਲੱਭਣਾ ਜਿੱਥੋਂ ਲੱਭਣੀ ਹੈ। ਕਿੱਥੇ ਲੱਭਣੀ ਹੈ? ਸੰਗਤ ਵਿੱਚ ਜਾਣਾ ਪਏਗਾ। ਸੁਖਮਣੀ ਸੁੱਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕਹਿ ਮਨ ਵਿਸਰਾਮ, ਭਗਤ ਜਨਾ ਕਹਿ ਮੂੰਹ ਡਿੱਠਾ ਜਗਤ ਤਰਿਆ ਸਭ ਲੋੜੀ ਹੈ। ਸਾਨੂੰ ਵੀ ਰੱਬ ਦੇ ਪਿਆਰੇ ਭਗਤ ਜਨਾਂ ਦਾ ਦੀਦਾਰ ਹੋਵੇ, ਸੰਗਤ ਵਿੱਚ ਜਾਣ ਦਾ ਸੁਭਾਅ ਬਣ ਜਾਵੇ, ਵਾਹਿਗੁਰੂ ਦੋਵੇਂ ਵੇਲੇ ਸੰਗਤ ਬਖਸ਼ਿਸ਼ ਕਰੇ। ਇੰਨੇ ਕੋ ਬਚਨ ਪ੍ਰਵਾਨ ਕਰਨੇ ਜੀ, ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ।